ਸਾਡੇ ਹੈ ਨੀ ਇਹਨਾਂ ਦਾ ਸ਼ੌਕ, ਸਾਡੇ ਤਾਂ ਦੜੇ ਛੱਡ ਗਏ ਸਾਰੇ, ਛੱਡ ਤੇ ਉਹ ਲੋਕਾਂ ਨੇ ਪਹਿਲਾਂ ਹੁੰਦੇ ਸੀ। ਉਹ ਇਹਨਾਂ ਦੀ ਭਾਜੀ ਗਰਾਰੀ ਉੱਥੇ ਅੜੀ ਆ ਵੀ ਉਹ ਜਿੱਦਾਂ ਉੱਥੇ ਉੱਥੇ ਹੀ ਅੜੀ ਆ। ਗੇਮ ਤਾਂ ਬਾਲੀ ਆ ਗਈ ਜੀ ਤੁਹਾਡਾ ਇੱਧਰੋਂ, ਬਸ ਲਾ ਲਓ ਤੁਸੀਂ ਤਰਨ ਤਾਰਨ ਤਾਂ ਲੰਘਿਆ ਹੀ ਆ, ਤਰਨ ਤਾਰਨ ਤੱਕਰ ਤਾਂ ਪੂਰੀ ਬਣ ਗਈ ਨਾ ਗੇਮ ਇਹ। ਨਹੀਂ ਕਾਫੀ ਅੱਜ ਉਹ ਵੀ 10-12 ਕਿਲੋਮੀਟਰ ਤੇ ਸਾਰੇ ਇਹੋ ਜਿਹੇ ਮਿਲਵਾ ਅੱਜ ਤਾਂ ਰਹਿ ਗਿਆ ਬਸ ਥੋੜਾ ਏਰੀਆ ਆਪਣੇ ਆਪਣੇ ਪਿੰਡੋਂ ਇਹਨਾਂ ਦੇ ਸਾਡੇ ਤਾਂ ਹੁੰਦੇ ਨਹੀਂ ਆ ਮਾਰੀਆਂ, ਕਾਰ ਹੋਰ ਟਰੈਕਟਰ ਮੋਟਰਸਾਈਕਲ ਤਾਂ ਹਰ ਇੱਕ ਬਾਜੀ ਚੀ। ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪਹੁੰਚੇ ਹਾਂ ਚੰਦੂ ਚੀਮਾ ਬਾਟ ਜੀ ਦੇ ਘਰ ਅਤੇ ਆਓ ਮਿਲਾਉਂਦੇ ਹਾਂ ਜੀ ਉਹਨਾਂ ਨੂੰ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ ਜੀ ਚੀਮਾ ਸਾਹਿਬ। ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਤੁਹਾਡੇ ਬਚਪਨ ਦੇ ਬਾਰੇ, ਤੁਹਾਡਾ ਜਿਹੜਾ ਜਨਮ ਸਥਾਨ ਸੀ ਇਸੇ ਪਿੰਡ ਦਾ ਹੀ। ਹਾਂਜੀ ਜੀ, 27 ਨਵੰਬਰ ਦਾ। ਅਤੇ ਉਸ ਤੋਂ ਇਲਾਵਾ ਤੁਹਾਡੇ ਜਿਹੜੇ ਮਾਤਾ ਪਿਤਾ ਕੀ ਕੰਮ ਕਰਦੇ? ਖੇਤੀਬਾੜੀ ਕਰਦੇ। ਖੇਤੀਬਾੜੀ ਕਰਦੇ ਜੀ। ਹਾਂਜੀ ਜੀ। ਅਤੇ ਤੁਹਾਨੂੰ ਜਿਹੜਾ ਬਚਪਨ 'ਚ ਪੜ੍ਹਾਈ ਤੋਂ ਬਾਅਦ ਕੀ ਸ਼ੌਕ ਰਿਹਾ ਆਪਦੀ ਜ਼ਿੰਦਗੀ ਦੇ ਵਿੱਚ ਹੁਣ ਤੱਕ? ਜ਼ਿਆਦਾ ਆਪਾਂ ਨੂੰ ਬੁੱਧਬਾਜ਼ੀ ਦਾ ਸ਼ੌਕ ਰਿਹਾ ਜੀ, ਕੁਛ ਕੁੱਤੇ ਭਜਾਉਣ ਹੁੰਦਾ ਮੇਰਾ ਪਹਿਲੇ ਸਮੇਂ। ਕੁੱਤੇ ਪਹਿਲਾਂ ਰੱਖੇ ਕਿ ਕਬੂਤਰ ਪਹਿਲਾਂ ਰੱਖੇ? ਕਬੂਤਰ ਰੱਖੇ ਜੀ। ਕਬੂਤਰ ਪਹਿਲਾਂ ਰੱਖੇ ਸਨ? ਕਿਹੜੇ ਕਬੂਤਰ ਰੱਖੇ ਤੁਸੀਂ ਸ਼ੁਰੂਆਤ ਜਦੋਂ ਕੀਤੀ? ਪਹਿਲਾਂ ਜੀ ਸਾਡੇ ਦੇਸੀ ਕਬੂਤਰ ਪਾਕਿਸਤਾਨੀ ਜਿਹਨੂੰ ਆਪਾਂ ਖਾਸ ਕਰਦੇ ਨੇ, ਸਾਡੇ ਏਰੀਏ 'ਚ ਪਹਿਲਾਂ ਉਹ ਚੱਲਦੇ ਜੀ। ਅਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਇਹ ਦੜੇ ਪਿੰਡਾਂ ਦੇ ਵਿੱਚ ਛੱਡੇ ਜਾਂਦੇ ਆ, ਤੁਹਾਡੇ ਇਸ ਏਰੀਏ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਏਰੀਏ ਦੇ ਵਿੱਚ ਪਿਛਲੇ 2-4 ਸਾਲਾਂ ਤੋਂ ਹੀ ਗੇਮ ਨੇ ਆਪਦਾ ਘਰ ਬਣਾਇਆ। ਪਹਿਲਾਂ ਤੁਹਾਡੇ ਸਿਰਫ ਛੱਤ 'ਤੇ ਬਾਜ਼ੀਆਂ ਉਡਾਈਆਂ ਜਾਂਦੀਆਂ ਸੀ, ਅਤੇ ਛੱਤ ਵਾਲੀਆਂ ਬਾਜ਼ੀਆਂ ਤੁਸੀਂ ਕਦੋਂ ਸਟਾਰਟ ਕਿਹੜੇ ਸਨ 'ਚ ਕੀਤੀਆਂ ਸੀ? ਇਹ ਛੱਤ ਵਾਲੀਆਂ ਬਾਜ਼ੀਆਂ ਨੂੰ ਇਹ ਜੀ 7-8 ਸਾਲ ਲਗਭਗ ਹੋ ਗਏ ਲਗਾਤਾਰ, 3-4 ਸਾਲ ਮੈਂ ਤਹਿਸੀਲ ਪੱਧਰ 'ਤੇ ਜ਼ਿਲ੍ਹੇ ਪੱਧਰ 'ਤੇ ਟੂਰਨਾਮੈਂਟ ਲਗਾਤਾਰ ਜਿੱਤੇ ਜੀ। ਉਹ ਤੋਂ ਬਾਅਦ ਆਪਾਂ ਮੁੜ ਕੇ ਦੜਿਆਂ ਵਾਲੇ ਬੰਦੇ ਤਿਆਰ ਕਰਦੇ ਜੀ। ਕਿੱਥੋਂ ਕਬੂਤਰ ਜਿਹੜੇ ਤੁਸੀਂ ਲੈ ਕੇ ਆਉਂਦੇ ਸੀ ਪਹਿਲਾਂ ਛੱਤ ਵਾਲੇ, ਕਿਹੜੀ ਜਗ੍ਹਾ ਤੋਂ ਲੈ ਕੇ ਆਏ ਸੀ ਕਬੂਤਰ? ਇਹ 7 ਵਾਲੇ ਕਬੂਤਰ ਜੀ ਮੇਰੇ ਮਾਮਾ ਜੀ ਰੱਖਦੇ ਰਹੇ ਪਟਾਰੀ, ਮੈਂ ਉਹਨਾਂ ਤੋਂ ਸ਼ੌਂਕ ਪਿਆ ਸੀ ਜੀ ਬਚਪਨ ਤੋਂ, ਉਹਨਾਂ ਕੋਲ ਲੈ ਕੇ ਆਉਂਦੇ, ਕੁਛ ਇਹੀ ਬਾਰਡਰ ਤੋਂ ਲੈ ਕੇ ਆਉਂਦੇ ਪਾਕਿਸਤਾਨ ਦੀ ਮੋਹਰਾਂ ਵਾਲੇ ਤਾਰਾਂ ਦੇ ਲਾਗੋ ਲਾਗੋ ਜੀ। ਉਹ ਫਿਰ ਉੱਥੋਂ ਕਬੂਤਰ ਖਰੀਦ ਕੇ ਲਿਆਉਣ ਦੀ ਗਾੜੀ ਉਹਨਾਂ ਦੀ ਬ੍ਰੀਡ ਕਰਾਈ, ਆਪਣੀ ਨਸਲ ਤਿਆਰ ਕਰਕੇ ਲਾਉਂਦੇ। ਜਿਹੜੀਆਂ ਛੱਤ ਵਾਲੀਆਂ ਬਾਜ਼ੀਆਂ ਤੁਸੀਂ ਲਾਉਂਦੇ ਸੀ ਪਹਿਲਾਂ, ਕਿੰਨੇ ਵਜੇ ਤੱਕ ਕਬੂਤਰ ਘਰੇ ਉੱਡ ਜਾਂਦੇ ਸੀ? ਆਪਣਾ ਲਾਸਟ ਜੀ 6-6 ਤਾਂ ਹੀ ਉੱਡਿਆ, 6-6 ਬਾਜ਼ੀ 'ਚ। ਹਾਂਜੀ 12 ਘੰਟੇ ਮਤਲਬ 12 ਘੰਟੇ ਹਾਂਜੀ ਕਰਵਾਈਏ, 9 ਘੰਟੇ 10 ਘੰਟੇ ਤਾਂ ਆਮ ਜੀ ਆਪਣੇ ਮਤਲਬ ਮਈ ਦੇ ਮਹੀਨੇ 'ਚ ਜੀ। ਹਾਂਜੀ ਇਹਨਾਂ ਦਾ ਆਮ ਉੱਡਦੇ ਵੱਧਦੇ। ਜਿਹੜਾ ਤੁਸੀਂ ਉਦੋਂ ਟੂਰਨਾਮੈਂਟ ਦੀ ਗੱਲ ਕੀਤੀ ਹੈ ਪਿੱਛੇ ਜਿਹੇ, ਟੂਰਨਾਮੈਂਟ ਜਿੱਤੇ, ਕਿਹੜੇ ਕਿਹੜੇ ਸ਼ਹਿਰਾਂ ਦੇ ਨਾਲ ਤੁਹਾਡੇ ਟੂਰਨਾਮੈਂਟ ਉੱਡੇ, ਕਿਹੜੇ ਉਹ ਖਿਡਾਰੀ ਵੀ ਸੀ ਜਿਨ੍ਹਾਂ ਦੇ ਨਾਲ ਤੁਸੀਂ ਉਹ ਟੂਰਨਾਮੈਂਟ ਦੀ ਆਪਦੀ ਜਿੱਤ ਹਾਸਲ ਕੀਤੀ ਸੀ? ਇਹ 'ਚ ਜੀ ਸਾਡੇ ਇੱਕ ਤਾਂ ਤਹਿਸੀਲ ਪੱਧਰ ਦਾ ਹੁੰਦਾ ਬਾਬਾ ਬਕਾਲਾ ਤਹਿਸੀਲ ਦਾ ਜੀ, ਉਹ 'ਚ ਜੋਗਨ ਗੁਰਦਾਸਪੁਰ ਤੋਂ ਜੀ, ਇਹ ਗੁਰਦੀਪ ਸਿੰਘ ਤੋਤਾ ਠੱਠੀਆਂ ਤੋਂ ਜੀ, ਸਾਬਾ ਫੌਜੀ ਸੋਨੀ ਬਤਾਲੇ ਤੋਂ ਜੀ, ਪੁਲਿਸ ਮੁੰਡਾ ਜਤਿੰਦਰ ਰਗੀਏ ਤੋਂ, ਮਾਣਾ ਬਾਬੇ ਬਕਾਲੇ ਤੋਂ, ਜਸਵੰਤ ਬਾਬੇ ਬਕਾਲੇ ਤੋਂ, 15-20 ਫੁੱਟੇ ਉੱਚ ਹੁੰਦੇ ਜੀ ਜੀ, ਉਹ ਫਿਰ ਟੂਰਨਾਮੈਂਟ ਸਾਰਾ ਕੁਛ ਹੁੰਦਾ ਜੀ। ਉਸ ਤੋਂ ਬਾਅਦ ਉਹ ਬਾਜ਼ੀਆਂ 'ਚ ਤੁਸੀਂ ਬਹੁਤ ਵਧੀਆ ਜਿੱਤ ਹਾਸਲ ਕੀਤੀ ਸੀ ਜਿਹੜੀਆਂ ਛੱਤ 'ਤੇ ਹੁੰਦੀਆਂ। ਹਾਂਜੀ ਹਾਂਜੀ। ਜਿਹੜਾ ਉਸ ਤੋਂ ਬਾਅਦ ਤੁਹਾਨੂੰ ਪਿੰਡਾਂ 'ਚ ਦੜੇ ਜਿਹੜੇ ਆਪਾਂ ਕਹਿ ਦਿੰਦੇ ਹਾਂ, ਉਹਨਾਂ ਦਾ ਸ਼ੌਕ ਦੁਬਾਰਾ ਤੁਹਾਨੂੰ ਕਿਵੇਂ ਪਿਆ ਕਬੂਤਰਾਂ ਦਾ? ਇਹ ਮੇਰਾ ਜੀ ਲੱਖਾ ਸਿੰਘ ਹੋਣਾ ਦੇ ਨਾਲ ਜਰਾਨਾ ਪੈ ਗਿਆ ਕੋਟਕਪੁਰ ਵਾਲਿਆਂ ਦੇ। ਲੱਖਾ ਸਿੰਘ? ਹਾਂਜੀ ਹਾਂਜੀ। ਇਹ ਇੱਧਰ ਲੱਖਾ ਸਿੰਘ ਜੀ ਹੈ? ਹਾਂਜੀ। ਮੇਰਾ ਜੀ ਜਰਾਨਾ ਮੁੜ ਕੇ ਲੱਖਾ ਸਿੰਘ ਹੋਣਾ ਦੇ ਨਾਲ ਪੈ ਗਿਆ, ਇੱਧਰ ਨਾਲ ਹੀ ਬੈਠੇ, ਤੇ ਇਹਨਾਂ ਕੋਲ ਮੈਂ ਮਲਵਈ ਕਬੂਤਰ ਬਾਕੀ ਲਿਆਂਦੇ ਜੀ, ਕੁਛ ਮਾਲਵੇ ਜੋ ਲਿਆਂਦੇ ਜ਼ਿਆਦਾ ਕਬੂਤਰ ਇਹਨਾਂ ਕੋਲ ਲੈ ਜੀ।
ਹਾਂਜੀ ਇਕੱਠੇ ਡਾਈਦੇ ਦੜੇ ਐਂਟਰੀਆਂ ਵੀ ਇਕੱਠੀਆਂ ਵਾ ਜੀ ਅਤੇ ਇਕੱਠੇ ਜਾਈਦਾ ਆਪਣੇ ਗਰੁੱਪ ਇਕੱਠਾ ਹੀ ਜਾਈਦਾ ਜੀ ਹਾਂਜੀ ਕਿਹੜੇ ਸਨ 'ਚ ਮਤਲਬ ਤੁਸੀਂ ਇਹਨਾਂ ਨੂੰ ਮਿਲੇ ਸੀ ਇਹ ਮੈਂ 2003 'ਚ 2003 'ਚ ਹਾਂਜੀ ਤੁਸੀਂ ਕੀ ਇਹਨਾਂ ਨੂੰ ਗੱਲਬਾਤ ਕੀਤੀ ਜੀ ਕਿਵੇਂ ਇਹਨਾਂ ਦਾ ਜਿਹੜਾ ਮੂਡ ਹੈ ਬਦਲਿਆ ਜਿਹੜੀਆਂ ਆਪਾਂ ਪਿੰਡਾਂ 'ਚ ਦੜੇ ਛੱਡਦੇ ਹਾਂ ਉਹਨਾਂ ਵੱਲ ਇਹਨਾਂ ਦਾ ਕਿਵੇਂ ਧਿਆਨ ਹੋਇਆ ਜਦੋਂ ਤੁਹਾਨੂੰ ਮਿਲੇ ਸੀ ਵੇਖੋ ਜੀ ਮੈਂ ਬਹੁਤ ਚਿਰ ਤੋਂ ਇਹ ਦੇਸੀ ਮਰਵਾਈ ਪੁੱਤ ਸਾਹਿਬ ਦਾ ਜੀ ਇਹ ਦੇਸੀ ਡਾਉਂਦੇ ਜੀ ਇਹਨਾਂ ਨੂੰ ਮੈਂ ਵੀ ਮਿਲਣਾ ਚੱਲੋ ਤੁਹਾਨੂੰ ਬਾਹਰ ਦਾ ਕੁਝ ਠਰਕੋ ਖਾਵਾਂ ਜੀ ਇਹ ਫਿਰ ਮੇਰੇ ਨਾਲ ਚੱਲੇ ਜੀ ਜਦੋਂ ਅਸੀਂ ਤੁਰੇ ਤੇ ਇਹਨਾਂ ਨੂੰ ਮੈਂ ਬਾਹਰ ਜਦੋਂ ਬਾਜ਼ੀਆਂ ਖੜਨੀਆਂ ਛੱਡਣਾ ਉੱਧਰ ਤਾਂ ਸ਼ੌਂਕ ਕੁਝ ਹੋਰ ਹਿਸਾਬ ਦਾ ਜੀ ਅਤੇ ਇਹਨਾਂ ਨੂੰ ਫਿਰ ਮੈਂ ਨਾਲ ਜਾਨਵਰ ਦੇ ਗਏ ਆਪਣੇ ਨਾਲ ਤੋਰ ਕੇ ਇਹਨਾਂ ਦਾ ਸ਼ੌਂਕ ਆਪਾਂ ਨੇ ਪਾ ਦਿੱਤਾ ਜੀ ਹੁਣ ਜਦੋਂ ਜਾਂਦੇ ਹਾਂ ਨਾਲ ਮੇਰੇ ਹੁੰਦੇ ਆ ਜਾ ਕੇ ਕਬੂਤਰ ਛੱਡ ਕੇ ਬਹਿ ਜਾਈਦਾ ਜਦੋਂ ਫਿਰ 5-6 ਵਜੇ ਭਾਜੀ ਹੁੰਦੀ ਆ ਫਿਰ ਮਨ ਖੁਸ਼ ਕਰਦੇ ਹਾਂ ਤੁਹਾਨੂੰ ਕੀ ਮਹਿਸੂਸ ਹੋਇਆ ਜਿਹੜੇ ਤੁਸੀਂ ਛੱਤ 'ਤੇ ਕਬੂਤਰ ਉਡਾਉਂਦੇ ਸੀ ਜਾਂ ਦੱਸਿਆ ਤੁਸੀਂ ਇਹਨਾਂ ਦੇ ਕੋਲ ਜਦੋਂ ਗਏ ਪਿੰਡਾਂ 'ਚ ਵੀ ਬਾਜ਼ੀਆਂ 'ਤੇ ਗਏ ਹੋਊਗੇ ਕਿਹੜੀ ਚੀਜ਼ ਵਧੀਆ ਲੱਗੀ ਤੁਹਾਨੂੰ ਛੱਤ ਵਾਲੀ ਚੀਜ਼ ਵਧੀਆ ਲੱਗੀ ਜਾਂ ਜਿਹੜੇ ਪਿੰਡਾਂ 'ਚ ਆਪਾਂ ਦੜੇ ਡਾਉਂਦੇ ਨਹੀਂ ਜੀ ਇਹ ਜਿਹੜਾ ਦੜੇ ਵਾਲਾ ਕੰਮ ਬਹੁਤ ਵਧੀਆ ਵਾ ਜੀ ਜਿਹੜੇ ਦੇਸੀ ਕਬੂਤਰ ਹੈ ਤੁਹਾਨੂੰ 200-300 ਕਬੂਤਰ ਰੱਖਣਾ ਪਊ ਡਾਉਣ ਨੂੰ ਜੀ ਜੇ ਜਿਹੜੇ ਮਲਵਈ ਕਬੂਤਰ ਹੈ ਆਪਣੀ ਗੁੰਜਾਇਸ਼ ਦੇ ਹਿਸਾਬ ਨਾਲ ਤੁਸੀਂ 10 ਐਂਟਰੀਆਂ ਕਰਾ ਲਓ 20 ਕਰਾ ਲਓ 30 ਕਰਾ ਲਓ ਜੀ ਜੇ ਤੁਹਾਡੀਆਂ 30 ਐਂਟਰੀਆਂ ਦੇ 40 ਬੱਚੇ ਹੋ ਸਰ ਜਾਣਾ ਜੀ ਇੱਧਰ ਜੇ ਤੁਹਾਡੀਆਂ 5 ਬਾਜ਼ੀਆਂ ਤਾਂ 200 ਬੱਚਾ ਚਾਹੀਦਾ ਤੁਹਾਨੂੰ ਕਿਉਂ ਭੱਜਦੇ ਦੇਸੀ ਕਬੂਤਰ ਜਿੰਨੇ ਉੱਪਰ ਜੇ 20 ਗਏ ਤਾਂ ਪਤਾ ਨਹੀਂ 10 ਮੋੜਦੇ ਕਿ ਨਹੀਂ ਮੋੜਦੇ ਇਹ ਕਰਕੇ ਮਹਿੰਗਾਈ ਦੇ ਹਿਸਾਬ ਨਾਲ ਜਿਹੜੇ ਮਲਵਈ ਕਬੂਤਰ ਇਹ ਠੀਕ ਹੈ ਜੀ ਇੱਕ ਬੈਨੀਫਿਟ ਆ ਇੱਕ ਜਿਹੜਾ ਬੰਦਾ ਜਿੱਤਦਾ ਨਾਮ ਬਣਦਾ ਪੈਸੇ ਵੀ ਚਾਰ ਆ ਜਾਂਦੇ ਅਤੇ ਜਿਵੇਂ ਕਹਿ ਦਿੰਦੇ ਆ ਇਹ ਜਿਹੜੀ ਆਪਣੀ ਦੜਿਆਂ ਵਾਲੀ ਬਾਜ਼ੀ ਆ ਹੁੰਦੇ ਤਾਂ ਤੁਹਾਡੇ ਜਿਹੜੇ ਪਹਿਲਾਂ ਛੱਤ 'ਤੇ ਦੇਸੀ ਰੱਖੇ ਉਹਨਾਂ 'ਚ ਵੀ ਕੋਈ ਗੁਰੂ ਆਪਾਂ ਨੂੰ ਜ਼ਰੂਰ ਧਾਰਨਾ ਪੈਂਦਾ ਕੋਈ ਗੁਰੂ ਧਾਰਿਆ ਤੁਸੀਂ ਪਹਿਲਾਂ ਹਾਂਜੀ ਹਾਂਜੀ ਗਿੱਲ ਮਾਟਰ ਜੀ ਉਸਤਾਦ ਆਪਣੇ ਅੰਮ੍ਰਿਤਸਰ ਤੋਂ ਜੀ ਹਾਂਜੀ ਉਸਤਾਦ ਆਪਣਾ ਜੀ ਗਿੱਲ ਮਾਟਰ ਅੰਮ੍ਰਿਤਸਰ ਤੋਂ ਜੀ ਰਣਜੀਤ ਐਵਰ ਨੂੰ ਜੀ ਉੱਥੇ ਜਨਮ ਰੱਖੇ ਉਹ ਆਪਣੇ ਉਸਤਾਦ ਹੈ ਜਿਹੜੇ ਛੱਤ ਵਾਲੇ ਮਤਲਬ ਉਹਨਾਂ ਨੂੰ ਗੁਰੂ ਮੰਨਦੇ ਆ ਜਾਂ ਜਿਹੜੇ ਜਿਵੇਂ ਤੁਸੀਂ ਇਹਨਾਂ ਦਾ ਜ਼ਿਕਰ ਕੀਤਾ ਪਿੰਡਾਂ ਵਾਲੀਆਂ ਬਾਜ਼ੀਆਂ ਛੱਡੀਆਂ ਉਹਨਾਂ ਨੂੰ ਉਹ ਸਾਦਾਂ ਦੇ ਦੇਸੀਆਂ ਦੇ ਗੁਰੂ ਹਾਂਜੀ ਹਾਂਜੀ ਜੀ ਪੰਜਾਬ ਦੇ ਚੈਂਪੀਅਨ ਜੀ ਤੇ ਜਿਹੜਾ ਉਸ ਤੋਂ ਬਾਅਦ ਤੁਸੀਂ ਪਿੰਡਾਂ 'ਚ ਬਾਜ਼ੀਆਂ ਛੱਡੀਆਂ ਉਸ ਦੇ ਉਸਤਾਦ ਤੁਸੀਂ ਕਿਹਨੂੰ ਉਤਾਰਿਆ ਇਹ ਲੱਖਾ ਸਿੰਘ ਲੱਖਾ ਸਿੰਘ ਭਰਾ ਹੀ ਆਪਣੇ ਉਸਤਾਦ ਵੀ ਲਾਉਂਦੇ ਜੀ 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 ਤੇ ਤੁਸੀਂ ਕਿੰਨੀ ਉਮਰ ਸੀ ਜਦੋਂ ਕਬੂਤਰ ਰੱਖ ਲਏ ਸੀਗੇ ਜੀ ਮੈਂ 10 ਸਾਲ ਦੀ ਉਮਰ ਜੀ 10 ਸਾਲ ਦੀ ਉਮਰ ਜੀ ਉਦੋਂ ਜਦੋਂ ਮੈਂ ਸਕੂਲ ਜਾਣਾ ਜੀ ਤੇ ਲਾਗੇ ਉਹ ਮੇਰਾ ਉਸਤਾਦ ਹੀ ਉਹਦੇ ਕਬੂਤਰ ਮੈਂ ਉੱਡਦੇ ਵੇਖਣੇ ਉਹਦੇ ਕੋਲ ਬੈਠੇ ਰਹਿਣਾ ਜੀ ਉਹ ਤੋਂ ਆਸਤੇ ਆਸਤੇ ਮੈਨੂੰ ਇਹ ਸਾਰਾ ਪਹਿਲੇ ਦੇਸੀਆਂ ਦਾ ਜੀ ਤੇ 80 'ਚ ਜਾ ਕੇ ਮੈਂ ਮੁੜ ਕੇ ਮਲਵਈਆਂ ਦਾ ਸ਼ੌਂਕ ਸ਼ੁਰੂ ਕਰ ਉਦੋਂ ਇੱਧਰ ਬਾਜ਼ੀਆਂ ਬਹੁਤ ਘੱਟ ਉੱਡਦੀਆਂ ਸੀ ਤੁਹਾਡੇ ਮਾਝੇ ਦੇ ਵਿੱਚ ਹਾਂਜੀ ਤੇ ਇੱਧਰ ਹੋਰ ਕਿਹੜੇ ਕਿਹੜੇ ਖਿਡਾਰੀ ਆ ਜਿਨ੍ਹਾਂ ਨੂੰ ਤੁਸੀਂ ਬਾਜ਼ੀਆਂ ਛੱਡਦੇ ਰਹੇ ਹੋ ਜਾਂ ਜਿਹੜੇ ਕਬੂਤਰ ਆ ਤੁਸੀਂ ਕਿੱਥੋਂ ਬਣਾਏ ਸੀ ਸ਼ੁਰੂਆਤੀ ਜਦੋਂ ਰੱਖੇ ਕਬੂਤਰ ਪਿੰਡਾਂ ਵਾਲੇ ਮੈਂ ਜੀ ਉਸੇ ਡਿਊਟੀ ਕਰਦਾ ਜੀ ਇੱਧਰੋਂ ਹਰੀ ਕਹਿੰਦਾ ਜੀ ਜੀ ਉੱਧਰ ਦੇ ਮੇਰੇ ਨਾਲ ਕੁਝ ਆਦਮੀ ਜੀ ਗਸੇਵਰ ਸਿੰਘ ਜੀ ਮਾਲਵੇ ਦਾ ਜੀ ਉਹਨਾਂ ਮੇਰੀ ਮੁਲਾਕਾਤ ਹੋਈ ਉਹਨਾਂ ਫਿਰ ਮੈਨੂੰ ਕਬੂਤਰ ਉਸ ਟਾਈਮ 'ਤੇ ਦਿੱਤੇ ਜੀ ਫਿਰ ਉਸ ਟਾਈਮ 'ਤੇ ਮੇਰੇ ਨਾਲ ਕਬੂਤਰ ਕੁਝ ਧੰਨਾ ਮਰਾਜ ਵਾਲਾ ਜੀ ਉਹਦੇ ਕਬੂਤਰ ਮੇਰੇ ਕੋਲ ਆਏ ਫਿਰ ਕਾਕਾ ਕਿਲੇ ਵਾਲਾ ਜੀ ਉਹਦੇ ਕਬੂਤਰ ਮੇਰੇ ਕੋਲ ਆਏ ਉੱਤੋਂ ਫਿਰ ਮੈਂ ਚੁੱਕਦਿਆਂ ਚੁੱਕਦਿਆਂ ਕੰਮ ਆਪਣਾ ਹਰ ਗੋਰੇ ਦੀ ਕੋਲ ਲੈ ਕੇ ਬੈਠਾ ਦੱਸ ਦਈਏ ਕਿ ਧੰਨਾ ਮਹਾਰਾਜ ਜੀ ਬਹੁਤ ਵੱਡਾ ਨਾਂ ਹੈ ਪੰਜਾਬ 'ਚ ਨਹੀਂ ਇੰਡੀਆ 'ਚ ਨਹੀਂ ਬਾਹਰਲੇ ਦੇਸ਼ਾਂ 'ਚ ਵੀ ਅੱਜ ਧੰਨਾ ਮਹਾਰਾਜ ਜੀ ਅਤੇ ਨਵਾਂ ਕਿਲ੍ਹਾ ਕਾਕਾ ਬਹੁਤ ਹੀ ਵਧੀਆ ਸੀਨੀਅਰ ਪਲੇਅਰ ਹੈ ਜੀ ਦੋਨੇ ਅਤੇ ਉਹਨਾਂ ਦੇ ਜਿਹੜੇ ਕਬੂਤਰ ਹੈ ਤੁਹਾਡੇ ਕੋਲ ਬਹੁਤ ਵਧੀਆ ਗੱਲ ਹੈ ਜੇ ਉਹਨਾਂ ਦੀ ਬਰੀਡ ਤੁਹਾਡੇ ਕੋਲ ਹੈ ਤਾਂ ਇਸ ਮਾਝੇ ਦੇ ਵਿੱਚ ਉਸ ਟਾਈਮ ਮਾਝੇ 'ਚ ਕਰ ਮੇਰੇ ਕੋਲ ਜੋ ਜੋ ਹੁਣ ਕਾਕੇ 2-3 ਚੱਲ ਗਿਆ ਮੇਰੇ ਕੋਲ ਕਾਕੇ ਕਿਲੇ ਵਾਲੇ ਦੇ ਕੋਲ ਜੀ 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 ਹੁਣ ਗੱਲਬਾਤ ਆਪਾਂ ਕਰਦੇ ਹਾਂ ਜੀ ਤੁਸੀਂ ਵੀ ਇਹਨਾਂ ਤੋਂ ਫਿਰ ਉਹ ਜੋੜੇ ਲੈ ਕੇ ਆਉਂਦੇ ਹਾਂਜੀ ਹਾਂਜੀ ਛੱਤਰੀ ਦੇ ਉੱਤੇ ਬਿਠਾਉਣਾ ਪੈਂਦਾ ਬੱਚੇ ਭਜਾਉਣੇ ਪੈਂਦੇ ਆ
माधोपुर पिछले साल पुत्री अपनी मुबारक जी कबूतरी उस अलावा छड़िया काफी छड़िया जी माधोपुर तो बाद ਉੱਥੇ ਇੱਕ ਆਪਣੀ 96,000 ਦੀ ਬਾਜੀ ਉੱਥੇ ਚਾਰ ਸ਼ਾਮੇ ਹੋਏ ਜੀ ਦੋ ਆਪਣੇ ਅਤੇ ਇੱਕ ਥਾਂ 90,000 ਦੀ ਜੀ ਉੱਥੇ ਦੋ ਸ਼ਾਮੇ ਹੋਏ ਇੱਕ ਆਪਣਾ ਜੀ ਉਹ ਦੂਜੇ ਜਿਹੜੇ ਜਿੱਥੇ ਚਾਰ ਸ਼ਾਮੇ ਹੋਏ ਉੱਥੇ ਵੀ ਉਹ ਆਪਣੀ ਪਾਰਟੀ ਦੇ ਕਬੂਤਰ ਚਾਰੇ ਰਹਿ ਗਏ ਜੀ ਆਪਣੇ ਦੋ ਦੂਜੀ ਪਾਰਟੀ ਦੇ ਜਿਹੜੀ ਉਹ ਕਬੂਤਰੀ ਤੁਸੀਂ ਪਹਿਲੀ ਤੁਹਾਡੀ ਬਾਜੀ ਜਿੱਤੀ ਸੀ ਕਿਹੜੀ ਨਸਲ ਦੇ ਵਿੱਚੋਂ ਉਹ ਜਿਹੜੀ ਕਬੂਤਰੀ ਸੀ ਉਹ ਜੀ ਪੰਨੂ ਵਾਲਿਆਂ 'ਚ ਪੰਨੂ ਵਾਲਿਆਂ ਉਹ ਵੀ ਇਹਨਾਂ ਦੇ ਘਰੋਂ ਲੈ ਕੇ ਆਏ ਸੀ ਹਾਂਜੀ ਇਹਨਾਂ ਦੇ ਘਰੋਂ ਆਏ ਸੀ ਇਹਨਾਂ ਦੇ ਘਰੋਂ ਆਏ ਸੀ ਤੇ ਬੱਚਾ ਘਰੇ ਕਢਾਇਆ ਸੀ ਤੁਸੀਂ ਹਾਂਜੀ ਘਰੇ ਕਢਾਇਆ ਉਸ ਤੋਂ ਇਲਾਵਾ ਮਤਲਬ ਤੁਹਾਡੇ ਕੋਲੇ ਹੋਰ ਕਿਹੜੀ ਕਿਹੜੀ ਨਸਲ ਅੱਜ ਤੁਹਾਡੇ ਗੁੱਡੇ ਦੇ ਵਿੱਚ ਮੇਨ ਆਪਾਂ ਕੋ ਪੰਨੂ ਵਾਲੇ ਜੀ ਕਾਫੀ ਕਬੂਤਰ ਜ਼ਿਆਦੇ ਮੈਂ ਪੰਨੂ ਵਾਲਿਆਂ ਨੂੰ ਪਸੰਦ ਕਰਦਾ ਕਿਉਂ ਪਿੰਡ ਵੀ ਕਾਫੀ ਹੁੰਦੇ ਆ ਜੀ ਤੇ ਬਾਹਰ ਵੀ ਕਾਕਿਆਂ ਦਾ ਰਿਜ਼ਲਟ ਉਹਨਾਂ ਦਾ ਨਾਲ ਤਾਂ ਨਹੀਂ ਆਇਆ ਇਹਦੇ ਵਿੱਚ ਕਾਕੇ ਵਾਲੇ ਵੀ ਆ ਜੀ ਸਾਈਂ ਵਾਲੇ ਇੱਕ ਦੋ ਕਬੂਤਰ ਉਹ ਬਾਹਰ ਨੂੰ ਮੈਂ ਵਾਪਸ ਭੇਜਦੇ ਜੀ ਹਾਂਜੀ ਸ਼ਗਿਰਦ ਨੂੰ ਪਸੰਦ ਆ ਗਏ ਤੁਹਾਡੇ ਕੋਲੇ ਕਾਫੀ ਨਸਲਾਂ ਤੁਹਾਨੂੰ ਮਤਲਬ ਮਨ ਭਾਉਂਦੇ ਕਬੂਤਰ ਕਿਹੜੇ ਆ ਜਿਹੜੇ ਆਪਾਂ ਕਹਿ ਦਿੰਦੇ ਵੀ ਆਹ ਮੇਰਾ ਦਿਲ ਲੱਗਿਆ ਹੋਇਆ ਜੀ ਮੈਂ ਤੇ ਜੀ ਜ਼ਿਆਦਾ ਕਬੂਤਰ ਹਜ਼ਾਰ ਪਸੰਦ ਕਰਦਾ ਜੀ ਤੁਸੀਂ ਹਜ਼ਾਰ ਵਾਲੇ ਕਰਦੇ ਹੋ ਨਾਲੇ ਕਬੂਤਰ ਨੂੰ ਪਸੰਦ ਕਰਦਾ ਹੈਗੇ ਤੁਹਾਡੇ ਕੋਲੇ ਹਜ਼ਾਰ ਵਾਲੇ ਹੈਗੇ ਆ ਜੀ ਤੇ ਮੈਂ ਉਹਨਾਂ ਕਬੂਤਰਾਂ ਨੂੰ ਜ਼ਿਆਦਾ ਜਦੋਂ ਬਾਹਰ ਛੱਡ ਦਿੰਦਾ ਮਨ ਖੁਸ਼ ਕਰਦਾ ਜਦੋਂ ਕਬੂਤਰ ਚਾਰ ਕੁ ਦਾ ਟਾਈਮ ਹੁੰਦਾ ਉੱਚਾ ਜਾਂਦਾ ਗਿੱਦੇ ਮਾਰ ਕੇ ਮੈਂ ਉਹਨੂੰ ਕਹਿੰਦਾ ਪੁੱਛਿਆ ਕਿਆ ਕਬੂਤਰ ਦਾ ਆਪਣੇ ਨਾਲ ਕਾਫੀ ਭਰਾਵਾਂ ਦਾ ਪ੍ਰੇਮ ਹੋ ਗਿਆ 25 ਸਾਲ ਹੋ ਗਿਆ ਆਪਾਂ ਨੂੰ ਤੁਸੀਂ ਵੀ ਜਿਹੜੇ ਕਬੂਤਰ ਹੈ ਛੱਤ ਵਾਲੇ ਡਾਉਂਦੇ ਹੋ ਜਾਂ ਪਿੰਡਾਂ ਵਿੱਚ ਜਿਹੜੇ ਜਿਹੜੇ ਛੱਡਦੇ ਆ ਮੈਂ ਛੱਤ ਵਾਲੇ ਡਾਉਂਦਾ ਤੁਸੀਂ ਛੱਤ ਵਾਲੇ ਡਾਉਂਦੇ ਹੋ ਤੁਹਾਨੂੰ ਜਿਹੜਾ ਸ਼ੌਕ ਹੈ ਇਹ ਛਤਰੀ ਵਾਲਿਆਂ ਦਾ ਹਲੇ ਨਹੀਂ ਹੈ ਨਹੀਂ ਪੈ ਗਿਆ ਸਾਨੂੰ ਪੈ ਗਿਆ ਜੀ ਛਤਰੀ ਵਾਲੇ ਜਾਂ ਡੋਲੇ ਕੋ 7 ਤੋਂ ਹੁਣ ਮੈਂ 7 ਤੋਂ ਡੋਣਾ ਛਤਰੀ ਦੇ ਨੇ ਘਰ ਤੇ ਹੁਣ 7 ਦੇ ਡੋਣਾ ਜੀ ਠੀਕ ਹੈ ਹੁਣ ਪਿਛਲੇ ਸਾਲ ਦੇ ਲੈਣ ਤੇ ਮੈਂ ਬਈ 7 ਤੇ ਡੋਣਾ ਮਤਲਬ ਤੁਸੀਂ ਐਤਕੀ ਜਿਹੜੀ ਸ਼ੁਰੂਆਤ ਬਾਜ਼ੀਆਂ ਦੀ ਕਰੋਗੇ ਜਾਂ ਪਿਛਲੇ ਸਾਲ ਕੋਈ ਛੱਡ ਲਈ ਬਾਜ਼ੀ ਪਿੰਡਾਂ ਦੇ ਛੱਡੀਆਂ ਮੈਂ 2 ਸਾਲ ਹੋ ਗਏ ਛੱਡੀਆਂ ਘਰ 2 ਸਾਲ ਹੋ ਗਏ ਹਾਂਜੀ ਚੰਗਾ ਰਿਜ਼ਲਟ ਚੰਗਾ ਰਿਜ਼ਲਟ ਹੈ ਜੀ ਹਾਂਜੀ ਚਲੋ ਵਧੀਆ ਜੀ 1 ਤੋਂ 2 2 ਤੋਂ ਜਿਵੇਂ ਕਹਿੰਦੇ ਹੁੰਦੇ ਆ 2 ਲਾ ਦੀ 11 ਵੀ ਬਣ ਜਾਂਦੇ ਆ 11 ਤੋਂ 7 ਗੇਮ ਵੱਧਦੀ ਜਾਣੀ ਹੈ ਮਾਝੇ ਦੇ ਵਿੱਚ ਇਹ ਤੇ ਤੁਹਾਡੇ ਕੋਲੇ ਕਿਹੜੇ ਕਬੂਤਰ ਹੈ ਇਹਨਾਂ ਦੇ ਇਹਨਾਂ ਭਾਜੀ ਹੋਣਾ ਦੇ ਜਬ ਦੀ ਵਿਚਾਰੀ ਸਾਰੀ ਬਰੀਡ ਹੈ ਜਿੱਥੋਂ ਭਾਵਾਂ ਬੁਲਾ ਕੇ ਦਿੱਤੇ ਜੀ ਧੰਨੇ ਵਾਲੇ ਪੰਨੂ ਵਾਲੇ ਵੀ ਸਾਈਂ ਵਾਲੇ ਵੀ ਨਿਆਂ ਵਾਲੇ ਵੀ ਠੀਕ ਹੈ ਜੀ ਹਾਂ ਨੇ ਘਰਾਣਾ ਉਹਨਾਂ ਦੇ ਵੀ ਕਬੂਤਰ ਬਹੁਤ ਵਧੀਆ ਕਬੂਤਰ ਹੈ ਜੀ ਡੱਬੇ ਉਹਨਾਂ ਦੇ ਜੀ ਤੁਹਾਨੂੰ ਛੱਤ ਵਾਲਿਆਂ ਚ ਤੇ ਜਿਹੜੇ ਆਪਣੇ ਮਤਲਬ ਆਪਾਂ ਛੱਡਦੇ ਆ ਮਲਵਈ ਕਹਿ ਦਿੰਦੇ ਕੀ ਫਰਕ ਲੱਗਿਆ ਉਹਨਾਂ ਚ ਮੇਰਾ ਫਿਰ ਬੈਗ ਤੇ ਆ ਤੇ ਫਿਰ ਘੱਟ ਹੋ ਜਾਂਦੇ ਆ ਪਿੰਡਾਂ ਚੋਂ ਜੀ ਤੇ ਬੈਗ ਤੋਂ ਫਿਰ ਘਰ ਤੇ ਫਿਰ ਮੈਨੂੰ ਬਿਹਤਰ ਬਿਹਤਰ ਹਾਂਜੀ ਜੀ ਜੀ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਵੀ ਗੱਲਬਾਤ ਕਰਕੇ
ਤੇ ਜਦੋਂ ਤੁਸੀਂ ਕਬੂਤਰ ਰੱਖੇ ਸੀ ਸਟਾਰਟਿੰਗ ਦੇ ਵਿੱਚ, ਹਾਂਜੀ, ਉਦੋਂ ਆਮ ਹੀ ਮਾਂ ਬਾਪ ਦਾ ਇੱਕ ਸੁਪਨਾ ਹੁੰਦਾ ਕਿ ਆਪਣਾ ਜਿਹੜਾ ਬੱਚਾ ਪੜ੍ਹੇ ਲਿਖੇ ਅਫਸਰ ਲੱਗੇ, ਜਾਂ ਜਿਹੜਾ ਆਪਾਂ ਖੇਤੀ ਦਾ ਕੰਮ ਕਰਦੇ ਹਾਂ ਖੇਤੀ ਦਾ ਕੰਮ ਕਰੇ ਕੋਈ, ਉਹਦੇ ਵਿੱਚ ਤੁਹਾਡੇ ਮੰਮੀ ਪਾਪਾ ਦਾ ਸਹਿਯੋਗ ਸੀ ਜਾਂ ਲੜਦੇ ਸੀ? ਨਹੀਂ ਜੀ, ਆਪਣੇ ਡੈਡੀ ਦਾ ਇਹ ਚੱਕਰ ਜਿਉਂ ਆ ਇਹੋ ਸੰਭਾਲੀ ਆ, ਉਹਨਾਂ ਨੇ ਨਾ ਸਾਨੂੰ ਗਾਲ ਅਤੇ ਨਾ ਚਪੇੜ, ਭਾਵੇਂ ਕਿੱਡਾ ਗਲਤ ਕੰਮ ਕਰਿਆ ਜੀ, ਚਲੋ ਮਾਤਾ ਗੁੱਸੇ ਹੁੰਦੀ ਜੀ, ਅਤੇ ਉਹਨਾਂ ਕਬੂਤਰਾਂ ਤੋਂ ਨਹੀਂ ਕਰਦੀਆਂ ਸਨ, ਕਬੂਤਰਾਂ ਤੋਂ ਨਹੀਂ ਰੋਕਦੇ ਸੀ। ਮਤਲਬ ਤੁਸੀਂ ਸ਼ੌਕ ਦੇ ਨਾਲ ਆਪਦੀ ਖੇਤੀ ਵੀ ਕਰਦੇ? ਹਾਂਜੀ, ਖੇਤੀ ਕਰਦੇ, ਹੁਣ ਵੀ ਆਪਾਂ ਕਰਦੇ ਖੇਤੀ ਕਰਦੇ ਹਾਂ। ਬਹੁਤ ਵਧੀਆ ਗੱਲ ਹੈ ਜੀ, ਕਿਉਂਕਿ ਜੋ ਜਿਹਦਾ ਕੰਮ ਹੈ, ਚਾਹੇ ਦੁਕਾਨ ਹੈ ਚਾਹੇ ਕੋਈ ਵਪਾਰੀ ਦਾ ਕੰਮ ਹੈ, ਖੇਤੀ ਹੈ ਉਹ ਵੀ ਨਾਲ ਜ਼ਰੂਰੀ ਹੈ। ਖੇਤੀ ਹੋਰ ਕੋਈ ਧੰਦਾ ਨਹੀਂ ਫਿਰ ਆਪਾਂ ਕਰਦੇ ਖੇਤੀ ਦਾ, ਚਲੋ ਨਾਲ ਕਰੇ ਕਬੂਤਰ ਡਾਈ ਚਾਹੀਦੇ ਨਾਲ ਹੀ ਹੈ, ਜ਼ਮੀਨ ਪਿੰਡ ਦੇ ਨਾਲ ਹੀ ਖੇਤੀ ਕਰੀ ਚਾਹੀਦੀ। ਤੁਹਾਡਾ ਵੀ ਕੋਈ ਗਾਂ ਅੱਗੇ ਚੇਲਾ ਬਣਿਆ? ਚੇਲੇ ਆਪਣੇ ਹਾਂਜੀ ਹੈ ਚਾਰ। ਮਤਲਬ ਤੁਸੀਂ ਬਹੁਤ ਜਲਦੀ ਚਾਰ ਚੇਲੇ ਅੱਗੇ ਹੋਰ ਬਣਾ ਲਏ? ਹਾਂਜੀ ਹਾਂਜੀ, ਆਏ ਹੋਏ ਅੱਜ? ਇੱਕ ਦੋ ਆਏ ਆ, ਬਾਕੀ ਇੱਕ ਦੋ ਕੰਮ ਤੇ ਸਾਈਡ ਤੇ ਗਏ ਕਿਤੇ। ਬੁਲਾਵਾਂਗੇ ਜੀ ਇਹਨਾਂ ਦੇ ਅੱਗੇ ਆਪਾਂ ਚੇਲਿਆਂ ਦੇ ਨਾਲ ਵੀ, ਤੇ ਜਾਰੀ ਰੱਖਦੇ ਇਹਨਾਂ ਨਾਲ ਆਪਾਂ ਗੱਲਬਾਤ। ਐਤਕੀ ਕਿਹੜੇ ਕਿਹੜੇ ਕਲੱਬ ਹੈ ਜਿਹਨਾਂ 'ਚ ਐਂਟਰੀਆਂ ਕਰਵਾਈਆਂ ਜਾਂ ਖੁੱਲ੍ਹੀਆਂ ਬਾਜ਼ੀਆਂ ਛੱਡਦੀਆਂ? ਨਹੀਂ ਜੀ, ਆਪਣੀਆਂ ਤਕਰੀਬਨ ਜ਼ਿਆਦੀਆਂ ਐਂਟਰੀ ਵਾਲੀਆਂ ਆ। ਇੱਕ ਤੇ ਦੁਆਬਾ ਦਾ ਮਾਝਾ ਕਲੱਬ ਹੈ, ਉਹ ਸਾਡਾ ਹੀ, ਉਹ 'ਚ ਤਿੰਨ ਬਾਜ਼ੀਆਂ ਜੀ, ਅਤੇ ਇੱਕ ਮਾਝਾ ਕਲੱਬ ਹੈ ਇੱਧਰ ਟਾਂਗਰਾ ਸਾਈਡ ਨੂੰ ਇੱਧਰ ਉੱਡ ਰਿਹਾ ਜੀ, ਉਹ 'ਚ ਵੀ ਆਪਣੀਆਂ ਹੈਗੇ, ਆਪਣੀ ਪਾਰਟੀ ਦੇ 5-6 ਕਬੂਤਰ ਹੈ ਜੀ। ਇੱਕ ਦੁਆਬਾ ਕਲੱਬ 'ਚ ਜੀ, ਉਹ 'ਚ ਵੀ ਸਾਡੀਆਂ ਐਂਟਰੀਆਂ ਕੁੱਲ ਮਿਲਾ ਕੇ ਸਾਡੀਆਂ 40-45 ਐਂਟਰੀਆਂ ਹੈਗੀਆਂ। 40-45 ਮਤਲਬ ਜਿੰਨੀ ਅੱਜ ਇੱਥੇ ਤੁਹਾਡੇ ਸੱਜਣ ਮਿੱਤਰ ਆਏ ਹੈ ਵੱਖਰੀ ਜੀ, ਦੇਸੀਆਂ ਦੀ ਬਾਜੀ, ਉਹਦਾ ਪਹਿਲਾ ਨਾਮ ਮੋਟਰਸਾਈਕਲ ਹੈ ਜੀ, ਤੇ ਦੂਜਾ ਐਲਸੀਬੀ, ਤੀਜਾ ਫਰਿੱਜ, ਚੌਥਾ ਕੂਲਰ, ਉਹ ਹੈਗੀ 1.5 ਲੱਖ ਦੀ ਬਾਜੀ, ਸੱਤ ਵਾਲੇ ਦੇਸੀ ਕਬੂਤਰਾਂ ਉਹਦੇ ਵਿੱਚ ਤੁਸੀਂ ਇਹ ਕਬੂਤਰ ਨਹੀਂ ਉਡਾ ਸਕਦੇ? ਨਹੀਂ ਜੀ, ਉਹ ਗੁਰਦੁਆਰੇ ਸਹੁੰ ਖਾ ਕੇ ਉੱਡਣੇ ਆ, ਪਿਓਰ ਦੇਸੀ ਉੱਡਣੇ, ਨਾ ਉਹ ਦੋ ਗਲਾ ਉੱਡਣਾ ਨਾ ਮਲਵਈ, ਕਿਉਂਕਿ ਉਹਨਾਂ ਦੇ ਰੂਲ ਮੈਨੂੰ ਪਤਾ। ਸਾਡੇ ਵੀ ਹੋਰ ਸ਼ਹਿਰ ਦੇ ਵਿੱਚ ਬਾਜੀਆਂ ਉੱਡਦੀਆਂ, ਉਹ ਛਤਰੀ ਨਹੀਂ ਲਾਉਣ ਦਿੰਦੇ, ਆਹ ਨਹੀਂ ਜੀ, ਥੱਲੇ 5-7 ਕਬੂਤਰ ਵੀ ਛੱਡਣੇ ਪੈਂਦੇ, 25-30 ਛੱਡਣੇ, 25-30 ਛੱਡਣੇ, ਤੇ ਜਿਹੜੇ ਆ ਉਹ ਤੇ ਨਾ ਵੀ 7 ਤੋਂ ਜਿਹੜੇ ਡਾਉਣੇ ਉਹ ਕਈਆਂ ਨੂੰ ਮਲਵਈ ਵੀ ਉਡਾ ਸਕਦੇ ਆ ਜੀ, ਆਪਣੇ ਪਿਓਰ ਦੇਸੀ ਡਾਉਣੇ, ਪਿਓਰ ਦੇਸੀ ਡਾਉਣੇ, ਹਾਂਜੀ, ਕੋਈ ਨਾ ਚ ਮਦਰਾਸੀ ਉੱਡਣਾ, ਨਾ ਦੋਗਲਾ ਉੱਡਣਾ ਜੀ, ਹਾਂਜੀ, ਉਹ 'ਚ ਵੀ ਆਪਣੇ ਘਰ ਦੇ ਬਰੀਡ ਆ ਸਾਰੇ। ਚਲੋ ਬਹੁਤ ਵਧੀਆ ਜੀ, ਉਹ ਵੀ। ਉਸ ਤੋਂ ਇਲਾਵਾ ਹੋਰ ਕੋਈ ਤੁਹਾਡੀ ਜ਼ਿੰਦਗੀ ਦੀ ਅਹਿਮ ਬਾਜੀ? ਆਪਣੇ ਇੱਧਰ ਕਪੂਰਥਲੇ ਦੇ ਥੱਲੇ ਹੋਈ ਜੀ ਬਾਜੀ ਜੀ, ਉਹ ਬਹੁਤ ਆਰ ਪਾਸ 'ਚ ਬਾਜੀ ਹੋਈ, ਉੱਥੇ ਐਂਡ ਦੇ ਆਪਣੀ ਰਹਿ ਗਈ। ਤੁਹਾਡੀ ਜਿਹੜੀ ਕਬੂਤਰੀ ਆ ਉਹ ਇਕੱਲੀ ਵਿਨਰ ਹੋਈ? ਹਾਂਜੀ, ਇਕੱਲੀ ਵਿਨਰ ਜੀ। ਕਿਹੜੀ ਨਸਲ ਤੋਂ ਸੀ ਉਹ ਕਬੂਤਰੀ? ਕੋਈ ਨਹੀਂ, ਪੰਨੂ ਵਾਲਿਆਂ ਜੀ, ਪੰਨੂ ਵਾਲਿਆਂ, ਹਾਂਜੀ, ਔਰ ਤੁਹਾਡੀ ਫੇਵਰਟ ਆ ਗਈ? ਹਾਂਜੀ ਹਾਂਜੀ ਜੀ, ਹੈਗੀ ਆ ਹੁਣ ਆਪਣੇ ਕੋਲ ਕਬੂਤਰੀ? ਹਾਂਜੀ ਹਾਂਜੀ ਭਾਜੀ, ਉਹਨਾਂ ਦੇ ਘਰੇ ਪਈ ਜੀ। ਕੋਈ ਉਹਦਾ ਨਾਮ ਵਗੈਰਾ ਰੱਖਿਆ ਹੋਵੇ? ਹਾਂਜੀ, ਕੂਲਰ, ਲਾਸਟ ਕੂਲਰ, ਕੂਲਰ ਸੀ ਜੀ। ਤੇ ਆਮ ਜਿਵੇਂ ਆਪਾਂ ਕਬੂਤਰਾਂ ਦਾ ਨਾਮ ਰੱਖ ਦਿੰਦੇ ਹਾਂ, ਕੋਈ ਜਿਵੇਂ ਕੋਈ ਘਰੇ ਉਹਨਾਂ ਨੂੰ ਬੁਲਟ ਕਹਿ ਦਿੰਦਾ, ਕੋਈ ਨੇਰੀ ਰੱਖੀ ਖੜਾ, ਤੁਸੀਂ ਵੀ ਕੋਈ ਨਾਂ ਰੱਖੇ ਕਬੂਤਰ? ਹਾਂਜੀ ਹਾਂਜੀ, ਰੱਖੇ ਜੀ। ਕੀ ਨਾਂ ਰੱਖੇ ਜੀ? ਕੋਈ ਤੇ ਕ੍ਰਾਸ਼ਮਾ ਚ ਆ ਗਿਆ, ਜਿੱਦਾਂ ਚਿੜੇ ਪਰ ਚ ਆ ਜਾਂਦਾ ਵਾ, ਇੱਕ ਮੁਤਾਵਚਨ ਜਿੱਦਾਂ ਕਹਿ ਦਈਏ ਲੰਬਾ। ਅੱਛਾ ਜੀ, ਮੁਤਾਵਚਨ, ਲਓ ਜੀ ਅੱਜ ਫਿਲਮ ਸਟਾਰ ਵੀ ਕਬੂਤਰਾਂ ਚ ਮਿਲਿਆ ਮੁਤਾਵਚਨ, ਉਹ ਜਿਹੜਾ ਜ਼ਿਆਦਾ ਜਿਹੜਾ 2-3 ਬਾਜ਼ੀਆਂ ਜਿੱਤੇ ਸਾਡਾ ਕਬੂਤਰ ਉਹ ਭਾਅ ਦੇ ਘਰੇ ਆ, ਉਹ ਪੰਨੂ ਵਾਲਿਆਂ ਜੋ ਤੇ ਬਾਦਲ ਵਾਲਿਆਂ ਜੋ ਮਿਕਸ, ਉਹਦਾ ਨਾਂ ਹੀ ਸਨੀ ਦਿਓ ਰੱਖਿਆ, ਉਹ ਸਨੀ ਦਿਓ ਜਿੱਤੇ ਛੱਡਿਆ, ਉਹ ਐਂਡ ਹੀ ਕਰਾਇਆ ਉਹਨੇ। ਹਾਂਜੀ, ਆਪਾਂ ਬੜੇ ਗੱਡੇ ਰੇੜੇ ਪਾਰਟੀਆਂ ਸੁਣੇ ਸੀਗੇ ਜੀ, ਅੱਜ ਬਾਈ ਜੀ ਦੇ ਜਿਹੜੇ ਕਬੂਤਰ ਹੈ ਉਹ ਫਿਲਮ ਸਟਾਰ ਦੇ ਨਾਂ ਰੱਖਿਆ ਜੀ, ਅਮਤਾਵਚਨ, ਸਨੀ ਦਿਓਲ, ਤੇ ਕੋਈ ਹੇਮਾ ਮਾਲਨੀ ਸ਼੍ਰੀ ਦੇਵੀ ਵੀ ਰੱਖਿਆ ਕਬੂਤਰੀਆਂ ਉਹਨਾਂ ਦੇ ਨਾਂ, ਫਿਰ ਕਬੂਤਰੀਆਂ ਉਹ ਸਮਝ ਲਓ ਜੀ ਜੀ। ਬਹੁਤ ਵਧੀਆ ਜੀ, ਕਿਉਂਕਿ ਨਾਮ ਰੱਖਣੇ ਚਾਹੀਦੇ, ਇੱਕ ਯਾਦ ਹੈ ਆਪਣੀ। ਤੇ ਆਓ ਹੁਣ ਆਪਾਂ ਮਿਲਾਉਂਦੇ ਜੀ ਇਹਨਾਂ ਦੇ ਜਿਹੜੇ ਫਰੈਂਡ ਆਏ ਆ ਉਹਨਾਂ ਨੂੰ, ਲਓ ਜੀ ਮਿਲਦੇ ਹਾਂ ਤੁਹਾਡੇ ਹੁਣ ਜਿੰਨੇ ਵੀ ਫਰੈਂਡ ਆਏ ਆ। ਆ ਜਾਓ ਜੀ, ਇੱਧਰ ਉੱਪਰ
लो जी आपां पहुंच गए हैं बाई जी की छत ते जिथे इन्होंने रखे ने देसी कबूतर जिहड़े कि छत ते डाउंदे आ ਕਿਹੜੀਆਂ ਕਿਹੜੀਆਂ ਕੀ ਤੁਸੀਂ ਟੂਰਨਾਮੈਂਟ ਦੀ ਗੱਲ ਕੀਤੀ ਸੀ ਛੱਤ ਵਾਲਿਆਂ ਦੀ ਹਾਂਜੀ ਹਾਂਜੀ ਇੱਥੇ ਆਪਣੀਆਂ ਇੱਥੇ 20 ਬਾਜੀਆਂ ਹੈਗੀਆਂ 20 ਬਾਜੀਆਂ ਤੁਹਾਡੀਆਂ ਹੈਗੀਆਂ ਛੱਤ ਵਾਲੀਆਂ ਹਾਂਜੀ ਹਾਂਜੀ ਕਿੰਨੇ ਬੰਦੇ ਟੋਟਲ ਹਿੱਸਾ ਲੈਂਦੇ ਉਹਦੇ ਵਿੱਚ ਇੱਕ ਬਾਜੀ ਚ ਇੱਕ ਸ਼ੀਲਡ ਚ 15 ਬੰਦੇ ਚ ਜੀ ਇੱਕ ਚ 10 ਕੇ ਜੀ 6-6 ਬਾਜੀਆਂ ਸਰ ਜੀ ਤੇ ਲਓ ਜੀ ਪਹਿਲਾਂ ਤਾਂ ਇਹਨਾਂ ਦੇ ਜਿਹੜੇ ਕਬੂਤਰ ਅਸੀਂ ਵਿਖਾਉਂਦੇ ਆ ਤੁਹਾਨੂੰ ਛੱਤ ਵਾਲੇ फिर तुहानू दिखावांगे जिहड़े आपां पिंडां दे विच मलवई कबूतर है आओ जी पहला दिखा दो जी थोड़े जे खुड्डे चंगी तरह दिखाओ वीर दे बड़ा वधिया इन्हां ने कलर कीता पहचान वास्ते आवें पाकिस्तान दे विच वेखण नूं मिलिया जांदा हरा ग्रीन नीला इन्हां ने येलो रंग कीता जी इह पहचान वास्ते जी येलो रंग जी इह छोटा अपना ब्रदर रिहा जी डेनमार्क 12 साल जी इहदे नाल पाकिस्तानी है जी 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 ते उहनां ने फिर रंग रूंग कीते उहनां नाल तालमेल हुंदा रहिंदा है ਬਟੇਰੇ ਨਸਲ ਦੇ ਕਬੂਤਰ ਆ ਜੀ ਸਿਆਲਕੋਟ 'ਚ ਜ਼ਿਆਦਾ ਇਹ ਕਬੂਤਰ ਆ ਜੰਮੂ ਸਾਈਡ ਤੋਂ ਜਾ ਬਹੁਤ ਚੰਗੀ ਡਾਰ ਆ ਜੀ ਇਹਨਾਂ ਦੇ ਉਹ ਫੜਾ ਦਿਓ ਸਭ ਤੋਂ ਪਹਿਲਾਂ ਤਾਂ ਇਹਦੀ ਦਿਓ ਜੀ ਜਾਣਕਾਰੀ ਜਿਹੜਾ ਤੁਸੀਂ ਕਬੂਤਰ ਲੈ ਜਾਓ ਇਹ ਕਬੂਤਰ ਗੋਲਡਨ ਆ ਜੀ ਜੀ ਇਹ ਪਾਕਿਸਤਾਨ ਦਾ ਇੱਕ ਕਬੂਤਰ 3 ਮੋਹਰਾਂ ਲੱਗੀਆਂ ਇਹਦੀ ਉਦੋਂ ਬਾਰਡਰ ਤੋਂ ਲਿਆਉਂਦਾ ਜਾਰੀ ਇਹਦੀ ਆਪਾਂ ਬਰੀਡ ਕਰਾਈ ਜੀ ਇਹਦੇ ਮਤਲਬ ਮਈ 'ਚ ਬੱਚੇ ਆਪਾਂ ਕੋਲ ਰਾਤ ਰਹਿ ਕੇ ਅਗਲੇ ਦਿਨ ਤਾਂ ਜੀ ਥੋੜ੍ਹਾ ਜਿਹਾ ਤੋਤਾ ਉੱਡਣ ਡਿਆ ਦਾ ਇੱਕ ਹੁਣ ਉੱਤੇ ਜੀ ਦੂਰੋਂ ਜ਼ੂਮ ਕਰੋ ਜੀ ਨੇੜੇ ਨਾਲ ਲਿਆ ਕਰੋ ਫਰੇਮ ਦੇ ਫਿਰ ਨਾ ਪੂਰਾ ਹੁੰਦਾ ਨਹੀਂ ਜੀ ਜੀ ਅਤੇ ਇੱਕੋ ਨਾਲ ਕਬੂਤਰੀ ਫੜੀ ਹੋਈ ਆ ਉਹਨਾਂ ਦੇ ਇਹ ਕਬੂਤਰ ਹੀ ਆ ਜੀ ਆਹ ਕਬੂਤਰ ਸਿਆਲਕੋਟ ਹੀ ਆ ਜੀ ਇਹ ਜਿੱਦਾਂ ਦੇਸੀਆਂ 'ਚ ਆਪਾਂ ਨੀਲੀ ਅੱਖ 'ਚ ਕਹਿ ਦਿੰਦੇ ਜੀ ਜੀ ਮੈਲੀ ਅੱਖ ਮੈਲੀ ਅੱਖ ਜੀ ਇਹ ਸਿਆਲਕੋਟ ਦੇ ਕਬੂਤਰ ਇਹ ਬਹੁਤ ਚੰਗੀ ਬਰੀਡ ਹੈ ਬਰੀਡ ਵਾਲੇ ਕਬੂਤਰ ਆ ਜੀ ਪਰ ਬਾਜੀ ਬਾਕੀ ਬੱਚੇ ਇਹਦੇ ਮਤਲਬ ਇਹਨਾਂ ਦੇ ਭੱਜਦੇ ਨਹੀਂ ਬੱਚੇ ਜਿੱਦਾਂ ਆਮ ਦੇਸੀ ਕਬੂਤਰ ਭੱਜ ਜਾਂਦੇ ਨੇ ਜੀ ਲਗਾਤਾਰ ਡਾਰਾਂ ਦੇਈ ਜਾਓ ਭਾਵੇਂ ਮਹੀਨਾ ਭੱਜਣਗੇ ਜੀ ਟਾਈਮ ਬਹੁਤ ਸੋਹਣਾ ਬੱਚੇ ਵਧੀਆ ਤਰ੍ਹਾਂ ਤੁਸੀਂ ਫੜਿਆ ਹੋਇਆ ਜੀ ਜੋੜਾ ਇਹਦੇ ਬਾਰੇ ਜਾਣਕਾਰੀ ਬਟੇਰੇ ਆ ਇਹਨਾਂ ਦੇ ਬੱਚੇ ਪਲੀਟ 'ਚ ਹੀ ਪਏ ਵੀ ਜੋੜਾ ਜੀ ਇਹਨਾਂ ਦੇ ਬੱਚੇ ਵੀ ਆਪਾਂ ਬਾਜੀਆਂ ਛੱਡੇ ਜੀ ਪਿਛਲੇ ਸਾਲ ਚੰਗਾ ਇਹਨਾਂ ਦਾ ਬੱਚੇ ਉੱਡਦੇ ਆ ਵੀ ਪੂਰੇ ਖੁੱਪ ਕੇ ਇਹ ਵੀ 10-10 ਘੰਟੇ ਲੱਭਦੇ ਨੇ ਉੱਤੇ 10-10 ਘੰਟੇ ਉੱਤੇ ਨਹੀਂ ਲੱਭਦੇ ਇਹ ਬਰੀਡ ਆ ਜੀ ਪਹਿਲੇ ਦਿਨ ਛਤੜੀ ਵਾਲੇ ਵਰਗੂ ਜਿੱਥੋਂ ਉੱਡ ਗਏ ਉੱਥੇ ਹੀ ਆਣ ਕੇ ਬਹਿਣ ਕੇ ਬੱਚਾ ਭਾਵੇਂ ਛੋਟਾ ਖੁੱਡੇ 'ਚੋਂ ਨਿਕਲ ਕੇ ਉੱਡ ਜਾਵੇ ਉਹਦੇ ਉੱਤੇ ਹੀ ਆਣ ਕੇ ਬਹੂਗਾ ਉੱਥੇ ਤੁਸੀਂ ਜਿਹੜੀ ਘਰੇ ਨਸਲ ਰੱਖੀ ਹੈ ਇਹੀ ਰੱਖੀ ਆ
ਹਾਂ ਜੀ ਇਹਨਾਂ ਕੋ ਇਹਨਾਂ ਦੇ ਪੱਠੇ ਪੱਠੀਆਂ ਇਹਨਾਂ ਦੇ ਪੱਠੇ ਪੱਠੀਆਂ ਹਾਂ ਜੀ ਜੀ ਮਤਲਬ ਇਹ ਤੁਸੀਂ ਬਾਜ਼ੀਆਂ ਜਿਹੜੀਆਂ ਲੱਗਦੀਆਂ ਕਿੰਨੇ ਕਬੂਤਰ ਬਾਜ਼ੀ ਦੇ ਵਿੱਚ ਡਾਉਂਦੇ ਹੋ ਜਿਹੜੀ ਛੱਤ ਵਾਲੀ 6 ਕਬੂਤਰ ਡਾਈਦੇ 6 ਕਬੂਤਰ 6 ਵਜੇ ਛੱਡਣੇ ਆ ਤੇ ਆਪਣਾ ਉਹਦਾ ਟਾਈਮ ਜਿਹੜਾ ਵਾ ਕਬੂਤਰ ਦਾ 9 ਵਜੇ ਨੋਟ ਹੋਣਾ 3 ਘੰਟੇ ਦਾ ਬਾਰਡਰ ਹੈ ਜੀ ਤੇ 6 ਕਬੂਤਰਾਂ ਦਾ ਟਾਈਮ ਗਿਣਨਾ ਜੀ 6 ਬਾਜ਼ੀਆਂ 6 ਬਾਜ਼ੀਆਂ ਰੱਖਣੀਆਂ ਜੀ ਉਹ ਜੇ ਵਾ ਵੀ ਉਹ ਫਿਰ 6 ਬਾਜ਼ੀਆਂ ਦੇ ਘੰਟੇ ਗਿਣ ਕੇ ਫਸਟ ਸੈਕਿੰਡ ਥਰਡ ਕੱਢਣਾ ਜੀ 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 ਤੇ ਹਰ ਦਿਨ ਹਰ ਬਾਜ਼ੀ ਤੇ ਵੱਖਰਾ ਨਾਮ ਹੁੰਦਾ ਜੀ ਇੱਧਰ ਇੱਕ ਹੋਰ ਕਬੂਤਰ ਫੜੇ ਹੋਏ ਆ ਕਬੂਤਰ ਹਰ ਕੇ ਲਿਆਂਦਾ ਜੀ ਮਿੱਤਰ ਆਪਣੇ ਬੱਚੇ ਦੇ ਵੈਸੇ ਡਾਏ ਬਹੁਤ ਸੋਹਣਾ ਰਿਜ਼ਲਟ ਇਹਨੂੰ ਉਹਦੇ ਕਸੂਰ ਵਾਲੇ ਕਬੂਤਰਾਂ ਨਾਲ ਮਿਕਸ ਕੀਤਾ ਕੁਛ ਸਿਆਲ ਕੋਟੀਆਂ ਨਾਲ ਕਢਵਾਏ ਕਿੰਨੀਆਂ ਨਸਲਾਂ ਤੁਹਾਡੇ ਕੋਲ ਖੁੱਡੇ ਦੇ ਵਿੱਚ ਮੌਜੂਦ ਹੈ ਇਸ ਟਾਈਮ ਇਹ ਦੇਸੀ ਕਬੂਤਰਾਂ ਦੀਆਂ ਨਸਲਾਂ ਇਹ 10-12 ਹੈ ਜੀ 12 ਨਸਲਾਂ ਤੁਹਾਡੇ ਕੋਲ ਕਬੂਤਰ ਕੋਸ਼ੀ 2000 ਹਰਕੀ ਲਿਆਂਦੇ ਬਾਕੀ ਕਬੂਤਰ ਆਪਣੇ ਕੋਲ 5-7 ਸਾਲਾਂ ਤੋਂ 10 ਤੋਂ 18-17 ਸਾਲਾਂ ਦੇ ਪੁਰਾਣੇ ਹੈਗੇ ਜੀ ਜੀ ਤੇ ਇੱਕ ਵੀਰ ਹੋਰ ਲਿਆਇਆ ਕੱਢ ਕੇ ਖੁੱਡੇ ਦੇ ਵਿੱਚੋਂ ਜੀ ਇੱਧਰ ਆ ਜਾਓ ਥੋੜਾ ਇਹ 11-11 ਘੰਟੇ ਸਾਡੇ ਕੋਲ ਘਰ ਤੇ ਉੱਡੇ ਆ 11 ਘੰਟੇ ਤੁਹਾਡੇ ਕੋਲ ਇਹ ਘਰ ਉੱਡੇ ਆ ਕਬੂਤਰ ਜੀ ਜੀ ਇਹਨਾਂ ਦੇ 8-10 ਭੈਣ ਭਰਾ ਆਪਾਂ ਬੱਚਿਆਂ ਦੇ ਪਾਏ ਆ ਜੀ ਕਬੂਤਰ ਗਵਾਚਿਆ ਜੀ ਬੱਦਲ ਨੇਰੀ ਚ ਬਹੁਤ ਹੀ ਜ਼ਿਆਦਾ ਸਾਰੀ ਦਿਹਾੜੀ ਨੇ ਅੱਜ ਤਾਈ ਨਾ ਇਹਨਾਂ ਚੋ ਕੋਈ ਗਵਾਚਿਆ ਹੀ ਜਿੰਨੇ ਡਾਏ ਥੋੜਾ ਜਿਹਾ ਦਿਖਾਓ ਜੀ ਚੰਗੀ ਤਰ੍ਹਾਂ ਉੱਧਰ ਕੈਮਰੇ ਕਨੀ ਕਰਕੇ ਇੱਥੇ ਜੂਮ ਹੋ ਜੂਗਾ ਜੀ ਇਹਨਾਂ ਦੀਆਂ ਅੱਖਾਂ ਵਗੈਰਾ ਹੋਰ ਸਾਰਾ ਜੂਮ ਕਰਕੇ ਦਿਖਾਓ ਜੀ ਇਹ ਸਾਰੇ ਜਿਹੜੇ ਹੈਗੇ ਚੀਨੇ ਨਿਕਲਦੇ ਆ ਜੀ ਕਾਲਸਰੇ ਚੀਨੇ ਕਾਲੀਆਂ ਆਹ ਕਬੂਤਰ ਵੀ ਇਹਨਾਂ ਜੀ ਕਿਉਂਕਿ ਜੋ ਇਹਨਾਂ ਦੀ ਚੀਜ਼ ਹੈ ਇਹਨਾਂ ਦੇ ਪਰ ਖੋਲ ਕੇ ਦਿਖਾ ਦਿਓ ਤੁਹਾਡੇ ਵੀਰ ਕਈ ਪਸੰਦ ਕਰਦੇ ਆ ਪਰ ਖੋਲ ਕੇ ਹੋਰ ਇਹਨਾਂ ਦੀ ਜਿਹੜੀ ਕੋਈ ਮੇਨ ਨਿਸ਼ਾਨੀ ਹੈ ਪੰਜੇ ਹੈ ਬਾਕੀ ਪੰਜੇ ਜੀ ਵੇਖੋ ਇੱਕ ਰੰਗ ਜਿਹਾ ਸਾਰੇ ਇੱਕ ਰੰਗ ਪੰਜੇ ਹੈ ਹਾਂਜੀ ਹਾਂਜੀ ਜੀ ਜਿੱਦਾਂ ਇਹਨਾਂ ਦੀ ਚੁੰਝ ਦਾ ਰੰਗ ਉਹ ਵਾ ਜੀ ਪਰਵਟਿਆਂ ਦਾ ਰੰਗ ਉਹ ਉੱਪਰ ਆ ਇਹ ਦੇਸੀਆਂ ਚ 5 ਚੀਜ਼ਾਂ ਮਿਲਣੀਆਂ ਪੈਂਦੀਆਂ ਜਦੋਂ ਜੋੜਾ ਬਣਾਉਣਾ ਵਾ ਜੀ ਪਰ ਬਾਜੀ ਪਹੁੰਚੇ ਅੱਖ ਚੁੰਝ ਉੱਪਰੋਂ ਪਰਵਟੇ ਬਹੁਤ ਵਧੀਆ ਜਾਣਕਾਰੀ ਹੈ ਜੀ ਇਸ ਲਈ ਤੇ ਆਓ ਜੀ ਹੁਣ ਆਪਾਂ ਦੇਖਦੇ ਹਾਂ ਇਹਨਾਂ ਦੇ ਜਿਹੜੇ ਛਤਰੀ ਵਾਲੇ ਕਬੂਤਰ ਆ ਜੋ ਕਿ ਬਾਈ ਜੀ ਨੇ ਅਲੱਗ ਰੱਖੇ ਹੋਏ ਆ ਤੇ ਆਓ ਦੇਖਦੇ ਹਾਂ ਜੀ ਹੁਣ ਥੋੜ੍ਹਾ ਜਿਹਾ ਉੱਤੋਂ ਵੀ ਝਲਕ ਦਿਖਾਓ ਜੀ ਬਸ ਦੇਖਦਾ ਜੀ ਜੀ
ਜਿੰਨੇ ਆ ਜਿਹੜੇ ਜੌਂਸਰੇ ਬੈਠੇ ਆ ਵੀ ਪੁੰਨੂ ਵਾਲੇ ਆ ਇਹ ਪੁੰਨੂ ਵਾਲੇ ਪੁੰਨੂ ਵਾਲੇ ਇਹ ਪਿਓਰ ਨਿਸ਼ਾਨੀ ਉਹਨਾਂ ਦੀ ਉਹਨਾਂ ਦਾ ਜਿਹੜਾ ਗਾਲਾ ਹੈ ਉਹ ਕੋਈ ਨਾ ਕੋਈ ਇੱਕ ਛਿੰਬ ਹੋਵੇ ਹੋਊਗਾ ਜੇ ਪੁੰਨੂ ਵਾਲੇ ਇਹ ਹੈ ਸਿਰ ਭਾਪਾਂ ਕੋਈ ਅੱਡੀ ਆ ਹੈਗੇ ਜੀ ਚਾ ਲੱਖੇ ਭਾਪ ਇਹ ਬਹੁਤ ਵਧੀਆ ਕਬੂਤਰ ਹੈ ਜਿਹੜੇ ਪੁੰਨੂ ਵਾਲੇ ਆ ਤੇ ਉਸ ਤੋਂ ਇਲਾਵਾ ਮੀਰਾਬ ਦੀ ਨਸਲ ਵੀ ਹੈ ਤੁਹਾਡੇ ਕੋਲ ਨਹੀਂ ਉੱਥੇ ਹੈ ਜੀ ਭਾਪ ਉਹ ਘਾਟਿਆ ਜੋੜੇ ਦੋ ਪੁੱਤੇ ਘੱਟੋ ਘੱਟ ਵੀ 20 ਮਿੰਟ ਦੀ ਮੂਵੀ ਬਣਾਉਣੀ ਕਬੂਤਰਾਂ ਜੀ ਬਣਾਓ ਹਾਂਜੀ ਹੁਣ ਬਾਈ ਜੀ ਦੇ ਆਪਾਂ ਜਿਹੜੇ ਕਬੂਤਰ ਹੈ ਤੁਹਾਨੂੰ ਦਿਖਾਉਂਦੇ ਹਾਂ ਜੀ ਜੋ ਇਹ ਪਿੰਡਾਂ ਦੇ ਵਿੱਚ ਬਾਜ਼ੀਆਂ ਛੱਡਦੇ ਕਾਫੀ ਨਸਲਾਂ ਹੈ ਵੈਸੇ ਇਹਨਾਂ ਦੀ ਜਿਹੜੀ ਫੇਵਰੇਟ ਨਸਲ ਹੈ ਉਹ ਪੁੰਨੂ ਵਾਲੇ ਅਤੇ ਵੀਰ ਜੀ ਨਾਲ ਆਪਣੇ ਕੀ ਨਾਮ ਹੈ ਜੀ ਆਪਣਾ ਹੀਰਾ ਸਿੰਘ ਹੀਰਾ ਸਿੰਘ ਤੁਸੀਂ ਵੀ ਬਾਈ ਜੀ ਨਾਲ ਕਬੂਤਰ ਉਡਾਉਂਦੇ ਹੋ ਛੱਤ ਵਾਲੇ ਜਾਂ ਇਹ ਜਿਹੜੇ ਕਬੂਤਰ ਹੱਥ 'ਚ ਫੜੇ ਇਹ ਉਡਾਉਂਦੇ ਹੋ ਹਾਂਜੀ ਬਾਈ ਜੀ ਡਾਈ ਦੇ ਨਾਲ ਇਕੱਠੇ ਹੁੰਦੇ ਪਰ ਮੈਂ ਛੱਤ ਨਹੀਂ ਉਡਾਉਂਦਾ ਜਿਹੜੇ ਆਹ ਕਬੂਤਰ ਤੁਸੀਂ ਜੋੜਾ ਫੜਿਆ ਹੋਇਆ ਇਹ ਕਿਹੜੀ ਨਸਲ ਤੋਂ ਹੈ ਇਹ ਪੰਨੂ ਵਾਲਿਆਂ ਤੋਂ ਕਬੂਤਰ ਪੰਨੂ ਵਾਲਿਆਂ ਚੋਂ ਜੀ ਪਿਓਰ ਕਬੂਤਰੀ ਬਾਦਲ ਵਾਲੇ ਤੇ ਪੰਨੂ ਵਾਲਿਆਂ ਦੀ ਮਿਸ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਪੰਨੂ ਵਾਲੇ ਜਿਹੜੇ ਕਬੂਤਰ ਦਿਖਾਈਏ ਤੁਹਾਨੂੰ ਕਾਲਸਰੇ ਮਸ਼ਹੂਰ ਹੋਏ ਸੀ ਪੂਰੀਆਂ ਇਹਨਾਂ ਦੀਆਂ ਜਿਹੜੀਆਂ ਅੱਖਾਂ ਉੱਖਾਂ ਦਿਖਾਓ ਜੀ ਇਹ ਜ਼ਿਆਦਾ ਚਿੱਟੀ ਅੱਖ ਦੇ ਹੈ ਕਾਲੀ ਦੇ ਵੀ ਕੱਢਦੇ ਆ ਕਾਲੀ ਦੇ ਵੀ ਹੈ ਖੱਟੀ ਦੇ ਵੀ ਹੈ ਹਰੀ ਦੇ ਵੀ ਹੈ ਹਰੀ ਦੇ ਵੀ ਹੈ ਵਿੱਚੋਂ ਪਾ ਦਿੰਦੇ ਤੁਸੀਂ ਜਿਹੜੇ ਕਬੂਤਰ ਕਿਹਦੇ ਘਰੋਂ ਲੈ ਕੇ ਆਏ ਸੀ ਇਹ ਮੈਂ ਲੱਖਾ ਸਿੰਘ ਦੇ ਘਰੋਂ ਲੱਖਾ ਸਿੰਘ ਦੇ ਘਰੋਂ ਕੀ ਉਹਨਾਂ ਦੇ ਪਿੰਡ ਦਾ ਕੀ ਨਾਮ ਸੀ ਖੋਜ ਕੀ ਭੋਜ ਜੀ ਜ਼ਿਲ੍ਹਾ ਤਰਨ ਤਾਰਨ ਵੈਸੇ ਪਿੰਡ ਆਪਣੇ ਲੱਗਦੇ ਲਓ ਜੀ ਆਹ ਪਿਓਰ ਪੁੰਨੂ ਵਾਲੇ ਕਬੂਤਰ ਹੈ ਬਾਈ ਜੀ ਦੇ ਕੋਲ ਅਤੇ ਇਹ ਤੁਹਾਡੇ ਬੱਚਿਆਂ ਵਾਸਤੇ ਰੱਖੇ ਹੋਏ ਹਨ ਬਰੀਡ ਵਾਸਤੇ ਰੱਖੇ ਹੋਏ ਇਹ ਬਾਜ਼ੀਆਂ ਛੁੱਟੇ ਕਬੂਤਰ ਇਹ ਵੀ ਕਬੂਤਰ ਦੋ ਬਾਜ਼ੀਆਂ ਜਿੱਤੇ ਅੱਜ ਜੀ 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 ਕਿੱਥੇ ਕਿੱਥੇ ਬਾਜ਼ੀ ਇਹ ਉੱਧਰ ਹੀ ਅਸੀਂ ਦੁਆਬੇ 'ਚ ਛੱਡਦੇ ਦੁਆਬੇ 'ਚ ਛੱਡਦੇ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਅਤੇ ਅੱਗੇ ਵੀਰ ਜੀ ਹੋਰ ਖੜ੍ਹੇ ਆ ਇੱਕ ਆਪਣੇ ਇਹ ਮਾਲ ਚੱਕ ਤੋਂ ਜੀ ਮਾਲ ਚੱਕ ਤੋਂ ਹਾਂਜੀ ਤਰਨ ਤਾਰਨ ਜ਼ਿਲ੍ਹਾ ਕੀ ਤੁਹਾਡੇ ਫਰੈਂਡ ਹੈ ਨਹੀਂ ਇਹ ਆਪਣੇ ਸ਼ਗਿਰਦ ਹੈ ਤੁਹਾਡੇ ਸ਼ਗਿਰਦ ਹੈ ਹੈਗੇ ਤਾਂ ਭਰਾ ਹੀ ਬਦੋ ਬਦੀ ਜਾਂਦੇ ਵੀ ਸਰਦੀ ਸੀ ਜੀ ਜੀ ਇਹ ਕਿਹੜੀ ਨਸਲ ਹੈ ਜੀ ਯਾਦ ਵਾਲੇ ਕਬੂਤਰਾਂ ਚੋਂ ਇਹ ਹਜ਼ਾਰ ਵਾਲੇ ਆ ਜੀ ਲਓ ਜੀ ਹੁਣ ਬਾਈ ਜੀ ਲੈ ਕੇ ਆਏ ਆ ਹਜ਼ਾਰ ਵਾਲੇ ਦੇਖੋ ਪਹਿਲਾਂ ਤਾਂ ਇਹਨਾਂ ਦੀ ਅੱਖ ਦੇਖੋ ਤੁਸੀਂ ਚਿੱਟੀ ਅੱਖ ਚਿੱਟੀ ਨੋਕ ਅਤੇ ਚਿੱਟੇ ਹੀ ਹੁੰਦੇ ਆ ਜੀ ਇਹਨਾਂ ਦੇ ਪੰਜੇ ਥੋੜ੍ਹੇ ਜਿਹੇ ਲਿਬੜੇ ਵੇ ਆ ਅਤੇ ਕਬੂਤਰੀ ਕਾਕੇ ਵਾਲਿਆਂ ਚੋਂ ਇਹ ਨਵੇਂ ਕਿਲੇ ਵਾਲੇ ਕਾਕੇ ਦੇ ਕਬੂਤਰਾਂ ਤੋਂ ਕਬੂਤਰੀ ਹੈ ਜਿਹੜੀ ਜੀ ਲਓ ਜੀ ਆ ਨਵੇਂ ਕਿਲੇ ਵਾਲੇ ਜੋ ਬਾਈ ਜੀ ਕਾਕਾ ਉਹਨਾਂ ਦੀ ਕਬੂਤਰੀ ਹੈ ਥੋੜ੍ਹੇ ਫੜੇ ਘੱਟ ਹੋਣ ਅਤੇ ਆਹ ਉਹਨਾਂ ਦੀ ਹੈਗੀ ਹੈ ਜੀ ਕਬੂਤਰੀ ਜਿਹੜੀ ਕਾਕੇ ਵਾਲੀ ਇਹ ਕਬੂਤਰੀ ਹੈ ਅਤੇ ਨਾਲ ਹਜ਼ਾਰ ਵਾਲਾ ਤੁਸੀਂ ਕਬੂਤਰ ਦੱਸਿਆ ਇਹਨਾਂ ਦੀ ਜਿਹੜੀ ਆਪਸੀ ਬਰੀਡ ਤੁਸੀਂ ਤਿਆਰ ਕਰਵਾਉਂਦੇ ਹੋ ਵਧੀਆ ਬਣਦੀ ਹੈ ਐਤਕੀ ਕਰਵਾਈ ਜੀ ਤਿਆਰ ਬਹੁਤ ਵੈਸੇ ਸਦੜੀ ਦੇ ਠੰਡੇ ਬੱਚੇ ਆ ਮੈਂ ਦੋ ਤਿੰਨ ਬੱਚੇ ਕਢਵਾਏ ਇਹਨਾਂ ਦੇ ਜੀ ਇਹ ਕਬੂਤਰੀ ਦੀ ਭੈਣ ਵੀ ਪਿਛਲੀ ਵਾਰ ਦੋ ਕਬੂਤਰ ਸਾਵੇ 90,000 ਦੀ ਬਾਜੀ ਇਹਦੀ ਭੈਣ ਇੱਕ ਕਬੂਤਰ ਦਾ ਭਰਾ ਵੀ ਦੋ ਬਾਜੀਆਂ ਦਿੱਤੀਆਂ ਇਹ ਫਿਰ ਹੁਣ ਮੈਂ ਗਾੜੀ ਚਲੋ ਬਲੱਡ ਰੇਸ਼ਨ ਮਤਲਬ ਜੋੜਿਆਂ 'ਚ ਪਾ ਲਈ ਦੋ ਬੱਚੇ ਕਢਵਾਏ ਇਹਨਾਂ ਦੇ ਇਹ ਤੁਹਾਡੇ ਜੋ ਸ਼ਗਿਰਦ ਹੈ ਇਹਨਾਂ ਨੂੰ ਵੀ ਦਿੱਤੀ ਹੈ ਇਹ ਨਸਲ ਤੁਸੀਂ ਇਹ ਐਰਗੀ ਆਪਣੇ ਸ਼ਗਿਰਦ ਪਏ ਜੀ ਵੈਸੇ ਇਹਨਾਂ ਕੋਲ ਮਲਵਾਈ ਕਬੂਤਰ ਹੀ ਆ ਦੇਸੀ ਕਢਵਾ ਦਿੱਤੇ ਇਹਨਾਂ ਦੇ ਇਹਨਾਂ ਨੂੰ ਮਾਲਵੇ 'ਚੋਂ ਲਿਆਣ ਕੇ ਦਿੱਤੇ ਕਬੂਤਰ ਜੀ ਅਤੇ ਇੱਕ ਵੀਰ ਹੋਰ ਆ ਗਿਆ ਜੀ ਪਿੱਛੇ
ਇਹਨਾਂ ਦਾ ਕੀ ਨਾਂ ਹੈ ਜੀ? ਇਹਦਾ ਜੱਗਾ ਸਿੰਘ ਜੀ, ਇੱਕ ਮਾਣਾ ਦੇ ਲਾਗੇ ਪਿੰਡ ਕੌੜੇ ਗੁਰਦਾਸਪੁਰ ਜ਼ਿਲ੍ਹਾ ਜੀ। ਇਹ ਕਬੂਤਰੀ ਵੀ ਬਾਦਲ ਵਾਲੇ ਤੇ ਪੁੰਨੂ ਵਾਲੇ ਚੋਂ ਮਿਸ ਜੀ। ਇਹ ਬਾਦਲ ਵਾਲੇ ਤੇ ਪੁੰਨੂ ਵਾਲਿਆਂ ਚੋਂ ਮਿਸ ਹੈ? ਹਾਂਜੀ ਜੀ। ਤੇ ਜਿਹੜਾ ਇਹ ਕਬੂਤਰ ਹੈ ਜੀ, ਕਬੂਤਰ ਪੁੰਨੂ ਵਾਲਿਆਂ ਚੋਂ ਪਿਓ ਰਿਹਾ, ਕਬੂਤਰ ਪੁੰਨੂ ਵਾਲਿਆਂ ਚੋਂ। ਇਹ ਵੀ ਕਿਤੇ ਕੋਈ ਬਾਜੀ ਛੱਡਿਆ ਤੁਸੀਂ? ਨਹੀਂ, ਇਹਦਾ ਭਰਾ ਛੱਡਿਆ। ਇਹਦਾ ਭਰਾ ਛੱਡਿਆ, ਕੱਲਾ ਰਹਿ ਗਿਆ ਇੱਥੇ ਲਾਗੇ ਰਾਮਪੁਰ ਛੱਡਿਆ ਹੋ ਗਿਆ 5-7। ਇਹਨਾਂ 'ਚ ਪੁੰਨੂ ਵਾਲਿਆਂ 'ਚ ਜ਼ਿਆਦਾ ਕਿਹੜੇ ਉੱਡੇ ਆ? ਸ਼ਾਹ ਅੱਖੇ ਉੱਡੇ ਆ, ਚਿੱਟੀ ਅੱਖ ਦੇ ਉੱਡੇ ਆ, ਖੱਟੀ ਦੇ ਉੱਡੇ ਆ, ਹਰੀ ਸਾਰੇ ਉੱਡੇ, ਸਾਰੇ ਵਧੀਆ ਇੱਕੋ ਨਾਲ ਦੇ ਉੱਡਦੇ ਆ। ਇਹ ਇੱਕੋ ਜੋੜੇ ਦੇ ਬੱਚੇ ਜੀ, ਕੁਛ ਖੱਟੀਆਂ ਦੇ, ਹਰੀਆਂ ਦੇ, ਚਿੱਟੀਆਂ ਦੇ, ਮਤਲਬ ਗਾੜੀ ਪਾਸਤੇ। ਜਿਹੜੇ ਪੁੰਨੂ ਵਾਲਿਆਂ ਦਾ ਤਾ ਹੈ, ਕਿਹੜੇ ਕਬੂਤਰਾਂ ਨਾਲ ਵਧੀਆ? ਇਹ 90% ਸਾਰਿਆਂ ਦਾ ਸਹੀ ਹੈ, ਜਿਹਦੇ ਨਾਲ ਮਰਜ਼ੀ ਤਾ ਲਾ ਦੇ, ਮਤਲਬ ਆਪ ਬਾਹਲੇ ਚੰਗੇ ਆ, ਮਾਸਾ ਢਿੱਲਾ ਵੀ ਲਾ ਕੇ ਤੁਸੀਂ ਵੀ ਬਾਜੀਆਂ ਛੱਡ ਦਿਓ। ਇਹਨਾਂ ਕੋਲ ਆਲੇ ਨਾਲ ਤਿਆਰ ਕਰਾਏ ਜੀ, ਪਿਛਲੀ ਵਾਰ ਲਾਉਂਦੇ ਰਹੇ, ਐਤਕੀ ਇਹਨਾਂ ਨੂੰ ਮਲਵਈਆਂ ਚ ਕਰਤਾ ਜੀ ਜੀ, ਪਿਛਲੀ ਵਾਰ ਦੇਸੀ ਇਹਨਾਂ ਦੇ ਵਿੱਚ ਲਾਤ। ਹਰ ਬਾਜੀ ਮੈਂ ਨਾਲ ਹੀ ਜਾਂਦਾ ਇਹਨਾਂ ਦੇ, ਨਾਲ ਹੀ ਛੱਡ। ਚਲੋ ਬਹੁਤ ਵਧੀਆ ਲੱਗਿਆ ਜੀ, ਆਓ ਜੀ ਅੱਗੇ ਵੈਸ ਜੀ, ਥੋੜੀਆਂ ਇਹ ਗੱਲਾਂ ਘੱਟ ਕਰੋ, ਗੱਲਾਂ ਨਹੀਂ ਕਰਦੇ। ਹਾਂਜੀ, ਪਹਿਲਾਂ ਤਾਂ ਤੁਸੀਂ ਦੱਸੋ ਆਪਦਾ ਨਾਂ ਕੀ ਹੈ? ਨਾਂ ਕੁਲਜਿੰਦਰ ਸਿੰਘ ਮਿੰਟੂ। ਕੁਲਜਿੰਦਰ ਸਿੰਘ ਮਿੰਟੂ, ਕਿਹੜਾ ਪਿੰਡ ਆਪਣਾ? ਵਜ਼ੀਰ ਭੁੱਲਰ, ਮੇਰੇ ਬਿਆਸ ਦੇ ਨਾਲ ਹੀ ਹੈ ਜੀ 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 ਜੀ। ਤੇ ਕਿਹੜੀ ਆ ਜਿਹੜੀ ਨਸਲ ਲਿਆਏ ਹੋ ਬਾਈ ਜੀ ਵਾਲੀ ਫੜ ਕੇ, ਕਿਹੜੀ ਹੈ ਜੀ ਇਹ? ਕਾਕੇ ਵਾਲਿਆਂ ਤੋਂ ਹੀ ਹੈ ਜੀ, ਹੋਣਾ ਪਿਓਰ। ਲਓ ਜੀ ਆ ਫੇਰ ਆ ਗਏ ਕਾਕਾ ਨਵਾਂ ਕਿਲਾ, ਜੋ ਬਹੁਤ ਵਧੀਆ ਸਟਾਰ ਪਲੇਅਰ ਹੈ, ਬੜੇ ਨਿੱਘੇ ਜਿਹੇ ਸੁਭਾਅ ਦੇ ਇਨਸਾਨ ਹੈ। ਉਹਨਾਂ ਦੇ ਵੀ ਇਹ ਕਬੂਤਰ, ਕਬੂਤਰੀ ਉੱਚੋਂ ਜੀ, ਕਬੂਤਰ ਕਾਕੇ ਫਤਿਹਗੜ੍ਹੀ ਵਾਲੇ, ਕਾਕਾ ਫਤਿਹਗੜ੍ਹੀ ਆ। ਹਾਂਜੀ, ਕਬੂਤਰ ਉੱਚੋਂ, ਕਬੂਤਰੀ ਕਾਕੇ ਕਿਲੇ ਵਾਲੇ। ਦੱਸੀਏ ਜੀ, ਮਾਝੇ ਦੇ ਵਿੱਚ ਜਿੰਨੇ ਵੀ ਸਟਾਰ ਪਲੇਅਰ ਸੀਗੇ, ਉਹਨਾਂ ਦੀ ਨਸਲ ਆ ਜਿਹੜੀ ਆ ਚੁੱਕੀ ਹੈ ਜੀ, ਹੁਣ ਅੱਗੇ ਬਰੀਡ ਤਿਆਰ ਕਰੀ ਜਾਂਦੇ ਆ, ਤੇ ਇਹਨਾਂ ਦੀ ਵੀ ਵਧੀਆ ਉਡਾਨ ਹੈ ਜੀ। ਹਾਂਜੀ ਹਾਂਜੀ, ਕਬੂਤਰੀ ਉਸੇ ਕਬੂਤਰੀ ਦੀ ਭੈਣ ਹੈ, ਕਬੂਤਰ ਇਹਦਾ ਭਰਾ ਛੱਡਿਆ ਸੀ ਜੀ, ਬਾਜੀ 'ਚ ਸਾਡੇ ਹੱਥ ਨਹੀਂ ਲੱਗਾ, 96,000 ਦੀ ਬਾਜੀ 4 ਸਾਵੇਂ ਹੋਏ ਜੀ, ਇੱਕੋ ਝੋਲੀ ਦੇ ਜੀ, ਉਹ ਮਤਲਬ ਰਹਿ ਗਿਆ ਸਾਡਾ ਰਾਜ ਜੀ ਜੀ, ਇਹ ਫਿਰ ਬਰੀਡ 'ਚ ਕਰਤਾ ਜੀ। ਬਹੁਤ ਵਧੀਆ ਜੀ। ਅਤੇ ਇੱਕ ਵੀਰ ਜੀ ਹੋਰ ਆ ਗਏ ਨੇ, ਕੀ ਨਾਂ ਹੈ ਜੀ ਆਪਣਾ? ਗੁਰਦੇਵ ਸਿੰਘ ਸਾਬਾ। ਗੁਰਦੇਵ ਸਿੰਘ ਸਾਬਾ, ਕਿਹੜਾ ਪਿੰਡ ਹੈ ਜੀ? ਠੱਠੀਆਂ। ਠੱਠੀਆਂ, ਬਾਬਾ ਬਕਾਲਾ ਸਾਹਿਬ ਦੇ ਲਾਗੇ ਜੀ ਜੀ ਜੀ। ਇਹ ਜਿਹੜਾ ਜੋੜਾ ਲਿਆਏ ਉਹ ਫੜ ਕੇ ਤੁਸੀਂ, ਇਹ ਕਿਹੜੀ ਨਸਲ 'ਚੋਂ ਹੈ ਜੀ? ਇਹ ਕਬੂਤਰੀ ਕਿੱਕਰ ਮਾਸਟਰ 'ਚੋਂ ਜੀ, ਕਬੂਤਰ ਬਾਦਲ ਵਾਲੇ ਤੋਂ। ਕਿੱਕਰ ਮਾਸਟਰ ਵੀ ਲਿਖੀ ਬੈਠੇ ਹੋ, ਕੋਈ ਇਹੋ ਜਿਹੀ ਨਸਲ ਬਚੀ ਨਹੀਂ ਮਾਲਵੇ ਦੀ ਜਿਹੜੀ ਤੁਹਾਡੇ ਘਰੇ ਨਹੀਂ ਹੈ? ਭਰਾਵਾਂ ਕੋਲ ਲਿਆਂਦਾ। ਲਓ ਜੀ ਪਹਿਲਾਂ ਤਾਂ ਕਬੂਤਰੀ ਦੱਸੋ ਕਿਹੜੀ ਹੈ ਇਹ ਡਿਟੇਲ? ਕਬੂਤਰ ਹੈ ਜੀ। ਇਹ ਕਬੂਤਰ ਹੈ ਜੀ, ਇਹ ਕਿਹੜੀ ਨਸਲ 'ਚੋਂ ਹੈ ਜੀ? ਇਹ ਬਾਦਲ ਵਾਲੇ ਤੇ ਪੁੰਨੂ ਵਾਲੇ ਮਿਸ। ਬਾਦਲ ਵਾਲੇ ਤੇ ਪੁੰਨੂ ਵਾਲੇ ਮਿਸ, ਘਰੇ ਕਢਾਇਆ ਸੀ ਬੱਚਾ? ਹਾਂਜੀ ਹਾਂਜੀ, ਘਰੇ ਜੀ ਜੀ ਜੀ। ਲਓ ਜੀ ਇਸ ਤੋਂ ਬਾਅਦ ਭਾਰਤ ਇਹਨਾਂ ਨੇ ਕੱਟ ਰੱਖਿਆ ਜੀ, ਕਿਉਂਕਿ ਬੱਚਿਆਂ ਵਾਸਤੇ ਪਾਏ ਹੋਏ ਆ। ਤੇ ਇਹ ਆ ਗਈ ਜੀ ਕਿੱਕਰ ਮਾਸਟਰ। ਤੇ ਕਿੱਕਰ ਮਾਸਟਰ ਕਬੂਤਰੀ ਤੁਹਾਡੇ ਕੋਲ ਕਿਵੇਂ ਇੱਥੇ ਪਹੁੰਚੀ? ਇਹ ਭਾਅ ਲੱਖਾ ਸਿੰਘ ਹੋਣਾਂ ਕੋਲ ਆਉਂਦੀ ਜੀ, ਉਹਨਾਂ ਕੋਲ ਜੋੜੇ ਹੈ ਉੱਥੋਂ ਲਿਆਉਂਦੀ ਜੀ ਜੀ ਜੀ। ਇਹਦਾ ਪਿਓ ਵੀ ਜਿੱਤਿਆ ਹੈ। ਥੋੜ੍ਹੀ ਜੀ ਉੱਧਰ ਆਵਾਜ਼ ਆ ਗਈ ਸੀ, ਦੁਬਾਰਾ ਤੋਂ ਦੱਸੋ ਥੋੜ੍ਹੀ ਜੀ, ਇਹ ਕਬੂਤਰੀ ਤੁਹਾਡੇ ਕੋਲ ਕਿਵੇਂ ਪਹੁੰਚੀ? ਇਹ ਭਾਅ ਲੱਖਾ ਸਿੰਘ ਹੋਣਾਂ ਕੋਲ ਆਉਂਦੀ ਜੀ, ਫੌਜੀ ਜੀ ਜੀ ਜੀ। ਇਹਦਾ ਪਿਓ ਜਿੱਤਿਆ ਜੀ, LCD ਜਿੱਤਿਆ ਸੀ ਜੀ, ਇਹ ਗਾੜੀ ਮੁੜ ਕੇ ਬ੍ਰਿਜਡ ਦੇ ਬੱਚੀ ਕਢਵਾ ਕੇ ਲਿਆਉਂਦੀ ਜੀ, ਕਿਉਂਕਿ ਸਰਪੰਚ ਹੈ ਲਾਲਵਾਈ ਦੇ, ਬਹੁਤ ਮਸ਼ਹੂਰ ਖਿਡਾਰੀ ਆ। ਆਪਾਂ ਇੰਟਰਵਿਊ 'ਚ ਸ਼ਾਇਦ ਤੁਸੀਂ ਦੇਖੇ ਹੋਣਗੇ, ਇਹਨਾਂ ਦਾ ਜਿਹੜਾ ਨਾਂ ਪਿਆ ਉਹ ਉੱਡ ਕੇ ਕਿੱਕਰ 'ਤੇ ਬੈਠਦਾ ਹੁੰਦਾ ਸੀ, ਉੱਥੋਂ ਕਿੱਕਰ ਮਾਸਟਰ ਇਹਨਾਂ ਦਾ ਨਾਂ ਪੈ ਗਿਆ ਸੀ। ਹਾਂਜੀ ਹਾਂਜੀ, ਬਹੁਤ ਵਧੀਆ ਜੀ। ਇਹ ਵੀ ਜੇ ਤੁਹਾਡੇ ਕੋਲ ਕਬੂਤਰ ਅੱਜ ਕਿੱਕਰ ਮਾਸਟਰ ਪਹੁੰਚੇ, ਬਹੁਤ ਵਧੀਆ ਜੀ ਇਹ ਵੀ। ਅਤੇ ਤੁਸੀਂ ਬਾਈ ਜੀ ਨਾਲ ਕੀ ਰਿਲੇਸ਼ਨ ਕੀ ਹੈ ਤੁਹਾਡਾ? ਦੋਸਤ ਹੈ ਤੁਹਾਡੇ? ਬਾਜੀਆਂ ਤੇ ਜਾਂਦੇ ਹੋ ਨਾਲ? ਇਹਨਾਂ ਦੀ ਦੇਸੀ ਹੈ, ਦੇਸੀ ਕਬੂਤਰ ਹੈ। ਤੁਸੀਂ ਦੇਸੀ ਕਰ? ਹਾਂਜੀ ਦੇਸੀ ਕਰਦੇ ਹਾਂ। ਹੁਣ ਸ਼ੌਕ ਮਤਲਬ ਥੋੜਾ ਥੋੜਾ ਇਹਨਾਂ ਵੱਲ ਵੱਧ? ਇਹਨਾਂ ਦਾ ਦੇਸੀ ਨਹੀਂ, ਸਾਡਾ ਦੇਸੀਆਂ ਜੀ ਜਿਆਦਾ, ਦੇਸੀਆਂ ਦੇਸੀਆਂ ਦੀ ਅਸੀਂ ਬਾਜੀ ਡਾਉਂਦੇ ਆ ਜੀ ਜੀ, ਸਾਡੀਆਂ ਲੱਗੀਆਂ ਦੇਸੀਆਂ ਦੇ ਬਾਜੀਆਂ ਜੀ ਜੀ, ਅਸੀਂ ਦੇਸੀਆਂ ਦੀ ਸਾਡਾ ਜ਼ਿਆਦਾ ਰੁਝਾਨ ਜੀ। ਇੱਕ ਵੀਰ ਹੋਰ ਰਹਿ ਗਿਆ ਪਿੱਛੇ, ਆਓ ਜੀ। ਹਾਂਜੀ, ਆਪਣੇ ਨਾਲ ਲਾਉਂਦਾ ਜੀ, ਇਹ ਬਾਰਡਰ ਅਟਾਰੀ ਬਾਰਡਰ ਤੋਂ, ਅਟਾਰੀ ਬਾਰਡਰ ਤੋਂ ਤੁਹਾਡੇ ਨਾਲ ਬਾਜੀਆਂ ਸਾਡਾ। ਠੀਕ ਹੈ ਜੀ, ਇਹ ਕੋਈ ਖਾਸ ਲੈ ਕੇ ਆਇਆ ਕਬੂਤਰ ਡੱਬੇ? ਡੱਬੇ ਡੱਬੇ। ਹਾਂਜੀ, ਪਹਿਲਾਂ ਤਾਂ ਡੱਬੀ ਦੱਸੋ ਜੀ, ਇਹ ਕਿਹੜਿਆਂ ਚੋਂ? ਇਹ ਧੰਨੇ ਵਾਲਿਆਂ ਚੋਂ। ਇਹ ਧੰਨੇ ਵਾਲਿਆਂ ਚੋਂ? ਤੁਸੀਂ ਸਾਡੇ ਮਾਲ ਵਿੱਚ ਕਬੂਤਰ ਹੈ ਨਹੀਂ ਇਹਨੇ ਜਿਹਨੇ ਤੁਸੀਂ ਰੱਖੀ ਖੜੇ ਹੋ। ਲਓ ਜੀ ਧੰਨੇ ਵਾਲੇ ਵੀ ਆ ਗਏ ਜੀ ਡੱਬੇ। ਇਹ ਤਾਂ ਸੁਣਿਆ ਵੀ ਜਿਹੜਾ ਵੀ ਡੱਬਾ ਕੱਢਦੇ ਡਾਉਂਦੇ ਹੀ ਨਹੀਂ,
ਬਹੁਤ ਚੰਗਾ ਹੁੰਦਾ ਘਰੇ ਡਾਈ ਆ। ਲਓ ਜੀ ਇਹ ਧੰਨੇ ਵਾਲਿਆਂ ਚੋਂ ਤੇ ਜਿਹੜਾ ਨਾਲ ਕਬੂਤਰ ਹੈ ਜੀ ਕਬੂਤਰ ਕਾਕੇ ਵਾਲਿਆਂ ਚੋਂ ਇਹ ਕਬੂਤਰ ਕਾਕੇ ਵਾਲਿਆਂ ਚੋਂ ਇਹ ਕਿਹੜੀ ਨਸਲ ਚੋਂ ਉਹਨਾਂ ਦਾ ਕਬੂਤਰ ਕਾਕੇ ਵਾਲਿਆਂ ਇਹ ਲੱਖਾ ਸਿੰਘ ਕੋਈ ਲਿਆਉਂਦਾ ਹੈ ਲੱਖਾ ਸਿੰਘ ਕੋਲ ਤੁਹਾਡੇ ਉਸਤਾਦ ਕਾਫੀ ਉੱਡਿਆ ਪਿੰਡ ਜੀ ਜੋੜ ਚ ਕਰਦੇ ਆ ਜੀ ਇਸੇ ਕਬੂਤਰੀ ਨਾਲ ਜੋੜਦਾ ਇਹਦਾ ਤੇ ਬੱਚੇ ਅੱਗੇ ਡੱਬੇ ਜਾਂ ਲਾਲ ਚੀਨੇ ਕਿਹੋ ਜਿਹੇ ਕੱਢਦੇ ਆ ਡੱਬੇ ਛੋਟਾ ਕੱਢਿਆ ਜੀ ਡੱਬਾ ਕੱਢਿਆ ਛੋਟਾ ਠੀਕ ਹੈ ਫੋਨ ਹੀ ਲਾਇਆ ਜੀ 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 ਅੱਗੇ ਵੀਰ ਜੀ ਹੋਰ ਆ ਗਏ ਨੇ ਇੱਕ ਕੀ ਨਾਂ ਹੈ ਜੀ ਆਪਣਾ ਸਿਕੰਦਰ ਸਿੰਘ ਸਿਕੰਦਰ ਸਿੰਘ ਤੁਹਾਨੂੰ ਕਿਹੜੇ ਕਬੂਤਰਾਂ ਦਾ ਸ਼ੌਕ ਹੈ ਤੁਹਾਡੇ ਕੋਲ ਦੇਸੀ ਆ ਬਾਈ ਜੀ ਅੱਜ ਮਤਲਬ ਪੂਰਾ ਮੇਲਾ ਲਾਇਆ ਇਹਨਾਂ ਨੇ ਆਪਦੇ ਘਰੇ ਤੇ ਕਿਹੜੇ ਕਬੂਤਰ ਲੈ ਕੇ ਆਏ ਹੋ ਤੁਸੀਂ ਬਾਈ ਜੀ ਦੇ ਕਬੂਤਰੀ ਧੰਨੇ ਵਾਲਿਆਂ ਜੀ ਲਓ ਜੀ ਇਹ ਖੱਟੀਆਂ ਵੀਰ ਜੀ ਥੋੜ੍ਹੀ ਜਿਹੀ ਆਵਾਜ਼ ਬੰਦ ਕਬੂਤਰੀ ਹੈ ਜੀ ਇਹ ਖੱਟੀਆਂ ਅੱਖਾਂ ਦੀ ਧੰਨੇ ਵਾਲਿਆਂ ਚੋਂ ਇਹ ਵੀ ਘਰ ਦੀ ਪੱਟੀ ਹੈ ਜੀ ਇਹ ਨਹੀਂ ਉੱਧਰੋਂ ਮਾਲਵੇ ਚ ਆਪਣੇ ਮਿੱਤਰ ਕੋ ਕਿਸੇ ਕੋ ਲੈ ਕੇ ਆਇਆ ਜੀ ਤੇ ਇਹ ਕਬੂਤਰ ਕਿੱਕਰ ਮਾਸਟਰ ਇਹ ਕਬੂਤਰ ਕਿੱਕਰ ਮਾਸਟਰ ਇਹ ਜਿੱਤਿਆ ਜੀ ਤਿੰਨ ਚਾਰ ਬਾਜੀ ਇਹ ਚਾਰ ਬਾਜੀਆਂ ਜਿੱਤਿਆ ਜੀ ਜ਼ਰੂਰ ਚਾਨਣਾ ਪਾਓ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਪਿੰਡ ਜਿੱਤੇ ਆ ਇਹ ਉਧਰ ਹੀ ਛੱਡੀ ਦੇ ਜੀ ਅਸੀਂ ਜਲੰਧਰ ਏਰੀਆ ਜੀ ਛੱਡੀ ਦੇ ਪਿੰਡਾਂ ਦੇ ਅੰਦਰ ਜ਼ਿਆਦਾ ਨਾਮ ਭੁੱਲ ਜਾਂਦੇ ਆ ਜੀ ਬਲੋ ਚਾਰ ਬਾਜੀਆਂ ਇਹਨਾਂ ਦਾ ਇਹ ਵਿਨਰ ਰਿਹਾ ਜੀ ਕਿੱਕਰ ਮਾਸਟਰ ਕਬੂਤਰ ਹੈ ਇਹਨਾਂ ਦੇ ਕੋਲੇ ਇਹ ਚਾਰ ਬਾਜੀਆਂ ਜਿੱਤਿਆ ਬਾਈ ਜੀ ਜਲੰਧਰ ਏਰੀਆ 'ਚ ਬਾਜੀਆਂ ਛੱਡੀਆਂ ਇਹਨਾਂ ਨੇ ਪਿੰਡਾਂ ਦੇ ਨਾਮ ਕੁਛ ਇਹਨਾਂ ਨੂੰ ਜ਼ਿਆਦਾ ਉੱਧਰ ਵੱਲ ਨੂੰ ਤੇ ਜਲੰਧਰ ਵੱਲ ਨੂੰ ਹਾਂਜੀ ਕਬੂਤਰ ਹੈ ਜੀ ਕਿੱਕਰ ਮਾਸਟਰ ਇਹਨਾਂ ਦਾ ਇਹ ਉੱਚੇ ਉੱਡਦੇ ਆ ਜਾਂ ਨੀਵੇਂ ਜੀ ਕਿੱਕਰ ਮਾਸਟਰ ਹੈ ਤੁਹਾਡੇ ਇਹ ਅੱਧ ਚੁੜਦਾ ਅੱਧ ਚੁੜਦੇ ਆ ਇਹਨਾਂ ਦਾ ਜਿਹੜਾ ਮਿਕਸ ਤੁਸੀਂ ਕਿਹਨਾਂ ਨਾਲ ਕੋਲ ਕਢਵਾਏ ਆ ਕਬੂਤਰੀ ਤਾਂ ਬੱਚੇ ਕਢਵਾਏ ਇਸ ਧੰਨੇ ਵਾਲਿਆਂ ਨਾਲ ਇਹਦਾ ਮਤਲਬ ਤੁਸੀਂ ਕ੍ਰਾਸ ਪਾਇਆ ਜੀ ਕੋਈ ਬੱਚਾ ਵੀ ਉਡਾਇਆ ਪਹਿਲਾਂ ਬੱਚੇ ਨਹੀਂ ਹੁਣ ਦੋ ਕਢਵਾਏ ਬੜੇ ਕਢਵਾਏ ਆ ਬੱਚੇ ਜੀ ਜੀ ਬਹੁਤ ਵਧੀਆ ਜੀ ਅੱਗੇ ਇੱਕ ਹੋਰ ਆ ਗਏ ਨੇ ਆਪਣੇ ਵੀਰ ਕੀ ਨਾਂ ਹੈ ਜੀ ਆਪਣਾ ਭਗਵੰਤ ਸਿੰਘ ਲੰਬਰਦਾਰ ਭਗਵੰਤ ਸਿੰਘ ਲੰਬਰਦਾਰ ਜੀ ਜੀ ਤੁਸੀਂ ਕਿਹੜੇ ਕਬੂਤਰ ਲੈ ਕੇ ਆਏ ਹੋ ਜੀ ਇਹ ਧੰਨੇ ਵਾਲਿਆਂ ਦਾ ਹੈ ਜੀ ਲਓ ਜੀ ਇਹ ਧੰਨੇ ਵਾਲਿਆਂ ਦਾ ਇੱਧਰਲੀ ਅੱਖ ਥੋੜ੍ਹਾ ਜਿਹਾ ਉੱਤੇ ਹਾਂਜੀ ਵਾਲਡਾ ਦਿਖਾਉਂਦੀ ਹੈ ਜੀ ਥੋੜ੍ਹਾ ਟੀਰ ਆ ਉੱਤੇ ਅੱਖ ਦੇ ਦੂਜੇ ਬੰਨੇ ਵਾਈਟ ਪੰਨ ਦੂਜੇ ਬੰਨੇ ਥੱਲੇ ਤੇ ਇੱਧਰ ਥੋੜ੍ਹਾ ਟੀਰ ਆ ਜਿਹੜਾ ਚੰਦ ਜਿਹਾ ਦਿਖਾਉਂਦਾ ਜੀ ਹੇਠਲੇ ਪਾਸੇ ਤੇ ਜਿਹੜਾ ਇਹ ਵਾਲਾ ਜੀ ਇਹ ਕਿਹੜੀ ਨਸਲ ਚੋਂ ਹੈ ਇਹ ਵੀ ਧੰਨੇ ਵਾਲਿਆਂ ਚੋਂ ਇਹਦਾ ਜਿਹੜਾ ਮਾਂ ਪਿਓ ਪਿਓਰ ਧੰਨੇ ਦੇ ਘਰੋਂ ਆਇਆ ਜੇਬਾ ਵਾ ਪੁੱਛੋ ਜੀ ਉਹ ਧੰਨੇ ਦੇ ਘਰੇ ਆਉਣ ਜਾਣ ਉਹ ਲੈ ਗਿਆ ਕਬੂਤਰ ਜੀ ਉਹਦੇ ਨਾਲ ਭਾਈ ਬੰਦਗੀ ਆਪਾਂ ਲਿਆਂਦਾ ਜੋੜਾ ਉਹਦੇ ਕੋਲ ਉਹਦਾ ਬੱਚਾ ਕਢਵਾਇਆ ਇਹ ਉਹਨਾਂ ਦੇ ਘਰੋਂ ਆਇਆ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਤੁਹਾਡੇ ਕੋਲ ਜਿਹੜਾ ਇਹ ਕਬੂਤਰ ਆਇਆ ਕਬੂਤਰ ਨੂੰ ਇਹਦਾ ਮਾਂ ਪਿਓ ਆਏ ਨੂੰ ਕੋਈ 6-7 ਸਾਲ ਹੋ ਗਏ ਜੀ ਇਹ ਮੁੜ ਕੇ 4 ਸਾਲ ਦਾ ਹੀ ਕਬੂਤਰ ਹੋ ਗਿਆ 4 ਸਾਲ ਦਾ ਇਹ ਵੀ ਹੋ ਗਿਆ ਤੁਹਾਡੇ ਕੋਲੇ ਹੁਣ ਬੱਚੇ ਹਾਂਜੀ ਇਹਦੇ ਬੱਚੇ 6 ਆਪਾਂ ਕਿਹਾ ਤੁਸੀਂ ਬੱਚੇ ਕਢਵਾਏ ਆ ਇਹਦੇ ਕਿਹੜੀਆਂ ਕਬੂਤਰੀਆਂ ਨਾਲ ਵੱਧ ਉੱਡੇ ਆ ਇਹਦੇ ਨਾਲ ਹੀ ਕਢਵਾਏ ਆ ਪਿਛਲੀ ਵਾਰ ਧੰਨੇ ਵਾਲੀਆਂ ਨਾਲ ਬੱਚੇ ਕਢਵਾਏ ਸੀ ਜੀ ਮਤਲਬ ਉੱਡਦੇ ਬਹੁਤ ਹੀ ਭੱਜ ਗਏ ਇਹ ਕਬੂਤਰੀ ਨਾਲ ਮਤਲਬ ਡੱਬੇ ਬੱਚੇ ਵੀ ਆਏ ਜੀ ਤਾਗਾਂ ਵਾਲੇ ਉਹ ਧੰਨੇ ਵਾਲੇ ਜੋ ਪਿੱਛੇ ਲੈ ਗਏ ਜੀ ਡੱਬੇ ਬੱਚੇ ਉੱਤੇ ਡੱਬੇ ਬੱਚੇ ਕੱਢਦੇ ਆ ਜੀ ਧੰਨੇ ਵਾਲੇ ਡੱਬੇ ਬਹੁਤ ਵਧੀਆ ਇੱਕ ਜੇ ਨੀਲਾ ਕੋਲਾ ਨਿਕਲ ਜੇ ਬਹੁਤ ਚੰਗਾ ਹੋਊਗਾ ਕਿਤੇ ਕੰਨੀ ਹਾਂ ਕੱਢਿਆ ਜੀ ਨੀਲਾ ਕੋਲਾ ਵੀ ਕੱਢਿਆ ਉਹ ਬਹੁਤ ਚੰਗਾ ਹੋਊਗਾ ਜੀ ਤੇ ਹੋਰ ਇੱਕ ਵੀਰ ਆਇਆ ਆਪਣੇ ਕੀ ਨਾਂ ਹੈ ਜੀ ਆਪਣਾ ਕੁਲਵੰਤ ਸਿੰਘ ਇਹ ਆਪਣਾ ਸਿਕਰਦ ਜੀ 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 ਕਿਹੜੇ ਪਿੰਡ ਤੋਂ ਤਾਰਪੁਰਾ ਤੁਸੀਂ ਕਿਹੜੇ ਕਬੂਤਰ ਲੈ ਕੇ ਆਏ ਹੋ ਜਿਹੜੇ ਆਹ ਲੈ ਕੇ ਆਏ ਹੋ ਦੇਖੋ ਤੁਸੀਂ ਕਿਹੜੀ ਜੀ ਗੁਰਦੇਵ ਵਾਲਿਆਂ ਜੋ ਗੁਰਦੇਵ ਕਣੀਆਂ ਜੀ ਕਬੂਤਰ ਪੁੰਨੂ ਵਾਲਿਆਂ ਚੋਂ ਕਬੂਤਰ ਪੁੰਨੂ ਵਾਲਿਆਂ ਚੋਂ ਇਹ ਥੋੜ੍ਹਾ ਹਰੀ ਅੱਖ ਨਹੀਂ ਪੈਂਦਾ ਇਹਦੇ ਬੱਚੇ ਹੈ ਆਪਾਂ ਕੋਈ ਚਾਰ ਉਹ ਜੀ ਆ ਥੋੜ੍ਹਾ ਜਿਹਾ ਹਰੀ ਅੱਖ 'ਚ ਕਬੂਤਰ ਪੈਂਦਾ ਜੀ ਪੁੰਨੂ ਵਾਲਾ ਥੋੜ੍ਹੀ ਅੱਖ ਪੂਰੀ ਜ਼ੂਮ ਕਰ ਲਓ ਜੀ ਇਹਦੇ 'ਤੇ ਕਿਉਂਕਿ ਪੁੰਨੂ ਵਾਲਿਆਂ ਦੀ ਖਾਸ ਨਿਸ਼ਾਨੀ ਆ ਜੀ ਆਹ ਜਿਹੜਾ ਸਿਰ ਹੈ ਸਿਰ ਦੇ ਵਿੱਚ ਫਿੱਕੇ ਜੇ ਲਾਲ ਜਾਂ ਕਾਲੇ ਹਰਾਪਨ ਉਹਨਾਂ 'ਚੋਂ ਜਿਵੇਂ ਲਾਈਟ ਦੀ ਲਸ਼ਕੋਰ ਪੈਂਦੀ ਹੈ ਜ਼ਰੂਰ ਵਿਖਾਉਣਗੇ ਜੀ ਉਸ 'ਚ ਪਰ ਉਹਨਾਂ ਦੇ ਜ਼ਰੂਰ ਜਿਹੜੇ ਹੈਗੇ ਆਉਂਦੇ ਆ ਇੱਕ ਦੋ ਇੱਥੇ ਉਹਨਾਂ ਦੇ ਰਹਿਣਾ ਹੀ ਰਹਿਣਾ ਪੁੰਨੂ ਵਾਲੇ ਕਬੂਤਰਾਂ ਦੇ ਕਾਲਸਰਾ ਆਪਾਂ ਨੂੰ ਕਾਲਸਰਾ ਕਹਿ ਸਕਦੇ ਹਾਂ ਲਾਲਸਰਾ ਜ਼ਿਆਦਾ ਇਹਨਾਂ ਦੀ ਪਹਿਚਾਣ ਇੱਥੋਂ ਕੀਤੀ ਜਾਂਦੀ ਹੈ ਸੋ ਬਹੁਤ ਵਧੀਆ ਜੀ ਹੋਰ ਕੋਈ ਵੀਰ ਇੱਕ ਵੀਰ ਹੋਰ ਆਇਆ ਹਾਂਜੀ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਜੀ ਆਪਣਾ ਜੋਬਨ ਸਿੰਘ ਜੋਬਨ ਸਿੰਘ ਕਿਹੜੇ ਪਿੰਡ ਤੋਂ ਬਦਾਦਪੁਰ ਜੀ ਕਿਹੜੇ ਕਬੂਤਰ ਤੁਸੀਂ ਲੈ ਕੇ ਆਏ ਹੋ ਪੰਨੂ ਵਾਲੇ ਆ ਜੀ ਜੀ ਇਹ ਭੈਣ ਭਰਾਵਾਂ ਦਾ ਬੱਚਾ ਪਿਓਰ ਹੈ
ਇਹ ਵੀ ਪੁੰਨੂ ਵਾਲੇ ਜਿਹੜੇ ਕਬੂਤਰ ਹੈ ਜੀ ਇਹਨਾਂ ਦੇ ਕੋਲ ਹੈ ਕਿਉਂਕਿ ਕਾਫੀ ਵੀਰ ਆ ਜਿਹੜੇ ਜਾਣਦੇ ਨਹੀਂ ਪੁੰਨੂ ਕੌਣ ਸੀ ਪੁੰਨੂ ਸੀਗੇ ਜੀ ਆਪਣੇ ਪੁੰਨੂ ਭੁੱਲਰ ਭੁੱਲਰਾਂ ਪਿੰਡ ਤੋਂ ਮੁਕਤਸਰ ਸਾਹਿਬ ਦੇ ਨਾਲ ਉਹਨਾਂ ਦਾ ਪਿੰਡ ਅਤੇ ਉਹਨਾਂ ਦੇ ਕਾਫੀ ਕਬੂਤਰ ਮਸ਼ਹੂਰ ਹੋਏ ਆ ਜੀ ਆ ਉਹਨਾਂ ਦੇ ਕਬੂਤਰ ਹੈ ਜੀ ਪੁੰਨੂ ਭੁੱਲਰ ਜੀ ਦੇ ਅਤੇ ਇਹ ਵਾਲਾ ਜੀ ਇਹ ਇਹਨਾਂ ਦਾ ਭੈਣ ਭਰਾਵਾਂ ਦਾ ਬੱਚਾ ਇਹ ਭੈਣ ਭਰਾਵਾਂ ਦਾ ਬੱਚਾ ਮਤਲਬ ਜਿਹੜੀ ਇਹ ਤੁਸੀਂ ਆਪਸੀ ਇਹਨਾਂ ਦੀ ਕ੍ਰਾਸ ਲਾਉਂਦੇ ਹੋ ਪੁੰਨੂ ਵਾਲਿਆਂ ਦੀ ਭੱਜਦੇ ਆ ਜਾਂ ਉੱਡਦੇ ਆ ਕੀ ਰਿਜ਼ਲਟ ਰਹਿੰਦਾ ਭੱਜਦੇ ਨਹੀਂ ਬਹੁਤ ਸੋਹਣੇ ਉੱਡਦੇ ਬਹੁਤ ਸੋਹਣੇ ਉੱਡਦੇ ਆਪਸ ਬਾਹਰ ਵੀ ਨਹੀਂ ਭੱਜਦੇ ਪਿੰਡ ਵੀ ਬਹੁਤ ਰਿਜ਼ਲਟ ਵਧੀਆ ਜੀ 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 ਲਓ ਜੀ ਇਹ ਨੇ ਪੁੰਨੂ ਵਾਲੇ ਇਹ ਪਿੰਡ ਵਾਲੀਆਂ ਬਾਜ਼ੀਆਂ 'ਚ ਮੈਂ ਡਾਉਂਦਾ ਰਿਹਾ ਕੋਠੀ ਦੇ ਉੱਤੇ ਉਦੋਂ ਜਿਹੜੇ ਮਰਜ਼ੀ ਆਪਾਂ ਨਾ ਸਕਦੇ ਜੀ ਜੀ ਇਹਦੀ ਤਿਆਰ ਹੋਰ ਵੀ ਕੋਈ ਵੀਰ ਰਹਿ ਗਿਆ ਹੋਵੇ ਆਓ ਜੀ ਆਓ ਆਓ ਸਤਿ ਸ਼੍ਰੀ ਅਕਾਲ ਜੀ ਇੱਕ ਮਿੰਟ ਸਭ ਤੋਂ ਪਹਿਲਾਂ ਪਿੰਡ ਦੱਸੋ ਜੀ ਆਪਦਾ ਸਠਿਆਲਾ ਪਿੰਡ ਹੈ ਤੁਹਾਡਾ ਵੀ ਕਿਹੜੇ ਕਬੂਤਰ ਲੈ ਕੇ ਆਏ ਹੋ ਤੁਸੀਂ ਇਹ ਇਹ ਕਿੱਕਰ ਮਾਸਟਰ ਹੈ ਇਹ ਵੀ ਕਿੱਕਰ ਮਾਸਟਰ ਹੈ ਧੋਣ ਦੀ ਸ਼ਾਇਦ ਨੂੰ ਬਿਮਾਰੀ ਤੇ ਆ ਗਿਆ ਜੀ 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 ਬੱਚੇ ਬੁੱਚੇ ਤਾਂ ਕੱਢਦਾ ਹੁਣ ਹਾਂਜੀ ਹਾਂਜੀ ਇਹ ਕਬੂਤਰੀ ਇਹ ਕਬੂਤਰ ਹੈ ਜੀ ਇਹ ਵੀ ਕਬੂਤਰ ਹੈ ਇਹ ਕਿਹੜਿਆਂ ਤੋਂ ਹੈ ਜੀ ਇਹ ਬੱਲੂ ਮੋੜਾਂ ਵਾਲੇ ਦੀ ਨਸਲ ਹੈ ਜੀ ਜਿਉਣੇ ਮੋੜ ਦੇ ਉੱਥੇ ਬੱਲੂ ਮੋੜ ਦੀ ਹਾਂਜੀ ਠੀਕ ਹੈ ਜੀ ਇਹ ਤੁਹਾਡੇ ਕੋਲੇ ਕਿਵੇਂ ਆਇਆ ਕਬੂਤਰ ਉੱਥੇ ਅਸੀਂ ਗਏ ਮੱਝਾਂ ਲੈਣ ਜੀ ਉੱਥੋਂ ਲਿਆਂਦੇ ਜੋੜੇ ਤੋਂ ਉਹਨਾਂ ਦੇ ਬੱਚੇ ਜੀ ਨਾਲੇ ਇਹਦੀ ਜੰਟੇ ਵਾਲਿਆਂ ਨਾਲ ਮਿਸ ਹੈ ਜੀ ਹਾਂ ਜੰਟੇ ਵਾਲਿਆਂ ਨਾਲ ਮਿਸ ਹੈ ਜੀ ਇਹਦੀ ਵਾਕਈ ਕਿਉਂਕਿ ਗੁਰਜੰਟ ਸਿੰਘ ਆਲ ਮਾਲਾ ਦੇ ਕਬੂਤਰ ਆ ਜਿਹੜੇ ਚੀਨੇ ਬਹੁਤ ਮਸ਼ਹੂਰ ਹੋਏ ਸੀ ਉਹਨਾਂ ਦੇ ਕਾਲ ਪੁੱਛੀ ਸੀ ਹੁਣ ਤਾਂ ਮੈਨੂੰ ਲੱਗਦਾ ਇੱਕ ਤਾਂ ਤੁਹਾਡੇ ਕੋਲੇ ਮੀਰ ਆਪ ਦੀ ਨਸਲ ਨਹੀਂ ਦੇਖੀ ਗਈ ਹਾਂਜੀ ਤੇ ਇੱਕ ਜਰਨੈਲ ਸਿੰਘ ਕਾਨਿਆਲੀ ਵਾਲੇ ਦੀ ਜਰਨੈਲ ਸਿੰਘ ਵਾਲੇ ਆਪਾਂ ਕੋ ਕਬੂਤਰ ਹੈ ਪੁੱਛੋ ਤੋਂ ਲਿਆਉਂਦੇ ਪੁੱਛੋ ਤੋਂ ਲੈ ਕੇ ਆਏ ਉਹ ਲੱਖੇ ਭਾ ਦੇ ਘਰੇ ਪਏ ਉਹ ਉੱਥੇ ਆਪਣੇ ਭਾਈ ਬੰਦਗੀ ਮੁੰਡਿਆਂ ਨਾਲ ਪੁੱਛੋ ਕਿ ਕਰੀਬ ਕਰੀਬ ਤੁਹਾਡੇ ਕੋਲੇ ਸਾਰੀਆਂ ਨਸਲਾਂ ਮੌਜੂਦ ਹੈ ਅੱਜ ਦੇ ਜਰਨੈਲ ਵਾਲੇ ਐਸੇ ਸੱਤ ਜੋੜੇ ਜੀ 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 ਉਹਨਾਂ ਦੇ ਵੀ ਕਬੂਤਰ ਬਹੁਤ ਜ਼ਿਆਦਾ ਮਸ਼ਹੂਰ ਸੀ ਜਰਨੈਲ ਸਿੰਘ ਦੇ ਜਰਨੈਲ ਸਿੰਘ ਵਾਲੇ ਉਹ ਜੋੜੇ 6-7 ਹੈ ਜੀ ਜੀ ਉਹ ਉੱਥੇ ਖੋਜ ਕੇ ਪਰ ਪਏ ਹੋਰ ਕੋਈ ਵੀਰ ਰਹਿੰਦਾ ਹੋਵੇ ਲਓ ਜੀ ਅਸੀਂ ਇਹਨਾਂ ਦੇ ਕਬੂਤਰ ਜਿਹੜੇ ਆ ਜੋੜੀਆਂ ਸੀ ਉੱਡਣ ਵਾਲੇ ਕਬੂਤਰ ਤੁਹਾਨੂੰ ਹਲੇ ਦਿਖਾਵਾਂਗੇ ਕਾਫੀ ਮੇਲਾ ਵੀਰ ਦਾ ਅੱਜ ਲੱਗਿਆ ਹੋਇਆ ਘਰੇ ਕਾਫੀ ਫਰੈਂਡ ਹੈ ਦੋਸਤ ਮਿੱਤਰ ਹੈ ਇਹਨਾਂ ਦੇ ਰਿਸ਼ਤੇਦਾਰ ਵੀ ਆਏ ਹੋਏ ਆ ਤੇ ਆ ਦੇਖੋ ਜੀ ਬੜੇ ਖੁਸ਼ ਹੈ ਸਾਰੇ ਕਿਉਂਕਿ ਅੱਜ ਆਪਾਂ ਪਹਿਲੀ ਵਾਰੀ ਪਹੁੰਚੇ ਹਾਂ ਜੀ ਮਾਝੇ ਦੇ ਵਿੱਚ ਤੇ ਬੜਾ ਵਧੀਆ ਲੱਗ ਰਿਹਾ ਮੈਨੂੰ ਵੀ ਅੱਜ ਕਿ ਵੀਰਾਂ ਨੂੰ ਪਹਿਲੀ ਵਾਰੀ ਮਿਲਣ ਦਾ ਮੌਕਾ ਮਿਲਿਆ ਕਿਉਂਕਿ ਆਪਣੀਆਂ ਇਹ ਯੂਟਿਊਬ 'ਤੇ ਇੰਟਰਵਿਊ ਤਾਂ ਦੇਖਦੇ ਰਹਿੰਦੇ ਆ ਖਿਡਾਰੀ ਵੀਰਾਂ ਦੀ ਪਰ ਜਿਹੜਾ ਮਿਲਣ 'ਚ ਥੋੜ੍ਹਾ ਜਿਹਾ ਮਜ਼ਾ ਕੁਛ ਅਲੱਗ ਹੈ ਅਤੇ ਜਿੰਨੇ ਵੀ ਵੀਰ ਹੈ ਕੋਈ ਹੋਰ ਵੀਰ ਕਬੂਤਰਾਂ ਤੋਂ ਇਲਾਵਾ ਇੱਥੇ ਆਪਣੇ ਕੋਲ ਹੋਵੇ ਜਿਹਦੇ ਨਾਲ ਆਪਾਂ ਗੱਲਬਾਤ ਕਰਾਈਏ ਮੈਂਬਰ ਪੰਚਾਇਤ ਜੀ ਆਪਾਂ ਮੈਂ ਵੀ ਲਗਾਤਾਰ 15 ਸਾਲ ਹੋ ਗਏ ਮੈਂਬਰ ਪੰਚਾਇਤ ਆ ਤੁਸੀਂ ਵੀ ਲਗਾਤਾਰ 15 ਸਾਲ ਹੋ ਗਏ ਮੈਂਬਰ ਪੰਚਾਇਤ ਇਹਨੂੰ 10 ਸਾਲ ਹੋ ਗਏ ਜੀ ਤੇ ਤੁਸੀਂ ਵੀ ਇਸ ਪਿੰਡ ਦੇ ਮੈਂਬਰ ਪੰਚਾਇਤ ਹੋ ਹਾਂ ਜੀ ਜੀ ਕਿਹੋ ਜਿਹਾ ਵੀਰ ਜੀ ਦਾ ਸੁਭਾਅ ਤੁਹਾਡੇ ਨਾਲ ਹੁਣ ਤਾਂ ਮੈਂਬਰ ਪੰਚਾਇਤ ਵੀ ਰਹੇ ਹੋਏ ਆ ਬਹੁਤ ਵਧੀਆ ਜੀ ਜੀ ਸਾਰੇ ਕੰਮ ਨੂੰ ਪਹਿਲ ਦਿੰਦੇ ਆ ਜੀ 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 ਤੇ ਬਾਕੀ ਸ਼ੌਂਕ ਆਪਣਾ ਵੱਖਰਾ ਪਾਲਦੇ ਆ ਜੀ 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 ਚਲੋ ਬਹੁਤ ਵਧੀਆ ਜੀ ਕਿਉਂਕਿ ਬੰਦਾ ਇਕੱਲਾ ਉੱਚਾ ਨਹੀਂ ਬਣਦਾ ਜਦੋਂ ਚਾਰ ਭਰਾ ਕੋਈ ਕਿਸੇ ਨੂੰ ਲਫ਼ਜ਼ ਕਵੇ ਨਾ ਚੰਗੇ ਤਾਂ ਉਦੋਂ ਬਹੁਤ ਵਧੀਆ ਲੱਗਦੇ ਆਪਾਂ ਬਾਕੀ ਬਹੁਤ ਤੁਹਾਡੀ ਮਿਹਰਬਾਨੀ ਜੀ ਤੁਸੀਂ ਟਾਈਮ ਕੱਢ ਕੇ ਆਏ ਜੀ ਬਾਕੀ ਬਾਜੀਆਂ ਪੂਰੀਆਂ ਬਹੁਤ ਵਧੀਆ ਕਿਉਂਕਿ ਮੈਂ ਦੱਸ ਦੇਣਾ ਚਾਹੁੰਦਾ ਰਣਵੀਰ ਸਿੰਘ ਬੱਲ ਤੁਹਾਡੇ ਮਿੱਤਰ ਹੈ ਆਪਣੇ ਵੀ ਮਿੱਤਰ ਹੈ ਉਹ ਬਹੁਤ ਵਧੀਆ ਆਸਟ੍ਰੇਲੀਆ ਰਹਿ ਰਹੇ ਆਸਟ੍ਰੇਲੀਆ ਉਹਨਾਂ ਨੇ ਜ਼ਿਕਰ ਕੀਤਾ ਸੀ ਤੁਹਾਡਾ ਹਾਂਜੀ ਤੇ ਮੈਂ ਕਿਹਾ ਕੋਈ ਨਹੀਂ ਬਾਈ ਜੀ ਜਦੋਂ ਵੀ ਟਾਈਮ ਮਿਲਿਆ ਅਸੀਂ ਜ਼ਰੂਰ ਬਾਈ ਜੀ ਪਹਿਲਾਂ ਰੱਖਦੇ ਰਹੇ ਜੀ ਅਸੀਂ ਕਬੂਤਰ ਜੀ 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 ਤੇ ਉਹਨਾਂ ਦੇ ਭਤੀਜਾ ਸਾਹਿਬ ਜਿਹੜੇ ਆਪਣੇ ਇਸ ਤੋਂ ਇਲਾਵਾ ਥੋੜਾ ਜਿਹਾ ਹੋਰ ਆ ਵਿਖਾਈਏ ਜੀ ਵੀਰ ਜੀ ਦੇ ਆਪਣੇ ਰੈਸ਼ ਆ ਜਿਹੜੀ ਉੱਪਰ ਕੀਤੀ ਹੋਈ ਹੈ ਤੇ ਥੱਲੇ ਇਹਨਾਂ ਨੇ ਅਮਰੀਕਨ ਗਾਈਆਂ ਥੋੜੀਆਂ ਜਿਹੀਆਂ ਦਿਖਾਓ ਜੀ ਸ਼ੌਕ ਕਿਉਂਕਿ ਇਕੱਲਾ ਕਬੂਤਰਾਂ ਦਾ ਨਹੀਂ ਇਹਨਾਂ ਨੂੰ ਤੇ ਨਾਲ ਅਮਰੀਕਨ ਗਾਈਆਂ ਵੀ ਰੱਖੀਆਂ ਹੋਈਆਂ ਜੀ ਕਬੂਤਰਾਂ ਦੇ ਨਾਲ ਨਾਲ ਆਪਣਾ ਜਿਹੜਾ ਵਾ ਖਾਣ ਪੀਣ ਦਾ ਘਰੇ ਪ੍ਰੋਗਰਾਮ ਜੀ ਜੀ ਸਭ ਤੋਂ ਵਧੀਆ ਘਰੇ ਕਬੂਤਰ ਡਾਈ ਜਾਓ ਘਰੇ ਗਏ ਫਿਰ ਇਹਨੇ ਸ਼ੌਂਕ ਨਾਲ ਲਿਆਂਦੇ ਜੀ ਜੀ ਤੁਹਾਡੇ ਬ੍ਰਦਰ ਬਹੁਤ ਵਧੀਆ ਸ਼ੌਕ ਹੈ ਜੀ ਨਾਲੇ ਤਾਂ ਦੁੱਧ ਨੂੰ ਰੱਖੀਆਂ ਜੀ ਗਾਈਆਂ ਵੀਰ ਨੇ ਅਤੇ ਨਾਲੇ ਕਰਦੇ ਆ ਸ਼ੌਕ ਕਬੂਤਰਾਂ ਦਾ
ਸੋ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਹੁਣ ਆਪਾਂ ਤੁਹਾਡੇ ਉੱਪਰ ਜਿਹੜੀਆਂ ਛਤਰੀਆਂ ਲੱਗੀਆਂ ਉੱਡਣ ਵਾਲੇ ਕਬੂਤਰ ਦੇਖਦੇ ਹਾਂ ਉੱਪਰ ਜਾ ਕੇ ਆਓ ਜੀ ਹੁਣ ਆਪਾਂ ਚੱਲਦੇ ਹਾਂ ਉੱਪਰ ਬੱਚਾ ਜੀ ਇੱਕ ਇੱਕ ਜੰਟੇ ਵਾਲਿਆਂ ਦਾ ਵੇਸਿਆ ਨਾਲ ਇੱਕ ਉਹ ਗਵਾਂਢੀ ਵੀਰ ਆ ਹਾਂਜੀ ਇਹ ਮੁੰਡੇ ਦੋਵੇਂ ਇਟਲੀ ਆ ਜੀ ਅੱਛਾ ਜੀ ਤੇ ਦੋਵੇਂ ਬ੍ਰਦਰ ਇਟਲੀ ਆ ਪੱਕੇ ਜੀ ਤੇ ਉਹਨਾਂ ਰੱਖੇ ਦੀ ਸ਼ੌਂਕੀ ਆ ਸ਼ੁਰੂ ਤੋਂ ਇਕੱਠੇ ਲਾਉਂਦੇ ਰਹੇ ਹਾਂ ਜੀ ਜੀ ਅੱਗੇ ਇੱਧਰ ਚੱਲ ਜਾਓ ਵੀਰ ਆ ਥੋੜ੍ਹਾ ਜਿਹਾ ਦੱਸੋ ਸਾਨੂੰ ਰੰਗ ਲੱਗੇ ਹਰੇ ਉਸ ਤੋਂ ਬਾਅਦ ਹਾਂਜੀ ਜਿਹੜੇ ਪਰਲੀ ਛਤਰੀ ਤੇ ਬੈਠੇ ਹੋਏ ਡੱਬਾ ਧਨੇ ਵਾਲਿਆਂ ਚੋਂ ਜੀ ਬੜਾ ਖੂਬਸੂਰਤ ਨਜ਼ਾਰਾ ਜੀ ਛੱਤ ਦਾ ਸਾਹਮਣੇ ਵੀ ਜਿਹੜੇ ਕਬੂਤਰ ਇਹਨਾਂ ਦੇ ਦੇਸੀ ਕਬੂਤਰ ਆ ਉਹ ਵੀ ਵਿੱਚ ਆ ਰਹੇ ਆ ਜੀ ਜਦੋਂ ਤੁਸੀਂ ਇਹ ਕਬੂਤਰ ਛਤਰੀ ਤੇ ਲਾਉਂਦੇ ਹੋ ਦੇਸੀਆਂ ਦੇ ਵਿੱਚ ਜਾ ਕੇ ਨਹੀਂ ਬੈਠਦੇ ਫਿਰ ਬੱਚੇ ਨਹੀਂ ਜੀ ਉਹ ਜਿੱਦਾਂ ਆਪਾਂ ਖੁੱਡੇ 'ਚ ਸਿੱਧਾ ਬੱਚਾ ਕੋਈ ਕੱਢ ਕੇ ਛੱਡ ਦੀ ਉਹ ਬਹੂਗਾ 100 'ਚੋਂ ਇੱਕ ਜੀ ਜਿਹੜਾ 2 ਦਿਨ ਭਾਲ ਕੇ ਛੱਡਦਾ ਹੁਣ ਵੀ ਆਪਣੇ ਕਬੂਤਰ ਡਾਰਾਂ ਵੀ ਪਾਉਣੇ ਆਪਾਂ ਜੀ ਜੀ ਇੱਧਰ ਵੀ ਇਹਨਾਂ ਕੋਲ 150-200 ਕਬੂਤਰ ਉੱਪਰ ਆਪਣੇ ਆਪਣਾ ਕਬੂਤਰ ਇੱਥੇ ਆ ਹੁਣ ਹੀ ਪਾਇਆ ਹਾਲ ਜੀ ਇਹ ਮਤਲਬ ਤੁਹਾਡਾ ਆਪਦੀ ਇਸੇ ਛਤਰੀ ਦੇ ਉੱਪਰ ਬੈਠਦਾ ਜੀ 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 ਲਓ ਜੀ ਹੁਣ ਦਿਖਾਉਂਦੇ ਆ ਜੀ ਥੋ ਬਾਈ ਜੀ ਤਾਰੀ ਨੀਰਾਂ ਵਾਲੇ ਦੇ ਵੱਡੇ ਬਾਈ ਕੋ ਲਿਆਂਦਾ ਹੈ ਜੋੜਾ ਜਿਹੜਾ ਤਾਰੀ ਵੀਰ ਹੈ ਲੀਲਾ ਵਾਲਾ ਹਾਂਜੀ ਉਹਨਾਂ ਦੇ ਵੱਡੇ ਬ੍ਰਦਰ ਤੋਂ ਜਿਹੜੇ ਕੈਨੇਡਾ ਹਨ ਕੈਨੇਡਾ ਰਹਿੰਦੇ ਆ ਉਹਨਾਂ ਕੋ ਜੋੜਾ ਲਿਆਂਦਾ ਹੈ ਗਾੜੀ ਉਹਨਾਂ ਦੇ ਬੱਚੇ ਡਾ ਕੇ ਫਿਰ ਬਰੀਡ ਵਾਸਤੇ ਗਾੜੀ ਤਿਆਰ ਕੀਤੇ ਜੀ ਜਿਹੜੇ ਉਹਨਾਂ ਦੇ ਘੂ ਘੂ ਵਾਲੇ ਕਬੂਤਰ ਆ ਇਹ ਜਿੰਨੇ ਵੀ ਇਸ ਹੁਣ ਜਾਲ ਦੇ ਵਿੱਚ ਤੁਸੀਂ ਬਿਠਾਏ ਹੋਏ ਆ ਹਾਂਜੀ ਹਾਂਜੀ ਇਹ ਸਾਰੇ ਕਬੂਤਰ ਲੀਲਾ ਵਾਲਿਆਂ ਦੇ ਆ ਇੱਕ ਕਬੂਤਰ ਹੀ ਨਹੀਂ ਵਿੱਚ ਉਹ ਜੱਤਲੇ ਉਹ ਬੱਲੂ ਮੋੜਾਂ ਵਾਲੇ ਚੋਂ ਉਹ ਬੱਲੂ ਮੋੜਾਂ ਵਾਲਿਆਂ ਚੋਂ ਬਾਕੀ ਉਹਨਾਂ ਚੋਂ ਬਾਕੀ ਸਾਰੇ ਉਹਨਾਂ ਚੋਂ ਹਾਂਜੀ ਜੀ 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 ਬਾਹਰ ਕੱਢੀ ਜੀ 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 ਲਓ ਜੀ ਆ ਵੀਰ ਤਾਰੀ ਲੀਲਾਂ ਦੇ ਘਰੋਂ ਆਏ ਹੋਏ ਆ ਜੀ ਕਬੂਤਰ ਵੀਰ ਨੇ ਤੁਸੀਂ ਆਪ ਖੁਦ ਲੈ ਕੇ ਆਏ ਸੀਗੇ ਜੀ ਹਾਂਜੀ ਆਪਣਾ ਦੋਸਤ ਕੈਨੇਡਾ ਜੀ ਜੋਤੀ ਮਨਸੂਰਾਲ ਤੋਂ ਜੀ ਉਹਦੇ ਮਿੱਤਰ ਹੀ ਘੋੜੀਆਂ ਘਾੜੀਆਂ ਇਕੱਠੀਆਂ ਤੇ ਉਹਦੇ ਨਾਲ ਮੈਂ ਗਿਆ ਤੇ ਲੱਖਾ ਪਾਈ ਗਏ ਕਾਫੀ ਮਸ਼ਹੂਰ ਖਿਡਾਰੀ ਆ ਜੀ ਤਾਰੀ ਲੀਲਾਂ ਕੇ ਪੁਰਾਣਾ ਜਿਹੜਾ ਲੁਧਿਆਣੇ ਦਾ ਗੜ ਹੈ ਤਾਰੀ ਲੀਲਾਂ ਕੇ ਹੈ ਕਿਉਂਕਿ ਉਹਨਾਂ ਦੇ ਪਿੰਡ ਹੀ ਬਾਜੀ ਹੁੰਦੀ ਸੀ ਲੀਲਾਂ ਪੁਰਾਣੀ ਬੜੇ ਉਦੋਂ ਮੋਟਰਸਾਈਕਲ ਰੱਖਿਆ ਜਾਂਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਅੱਜ ਹਰ ਇੱਕ ਜਗ੍ਹਾ ਮੋਟਰਸਾਈਕਲ ਹੋ ਗਏ ਲੇਕਿਨ ਪੁਰਾਣਾ ਜਿਹੜਾ ਲੁਧਿਆਣੇ ਦਾ ਗੜ ਆ ਤਾਰੀ ਲੀਲਾਂ ਬੜੇ ਬੀਬੇ ਬੰਦੇ ਜੀ ਉਹਨਾਂ ਦੇ ਵੱਡੇ ਬ੍ਰਦਰ ਬਹੁਤ ਉਹਨਾਂ ਨੇ ਸਾਡਾ ਇਤਮਾਨ ਮੈਨੂੰ ਹਲੇ ਮਿਲਣ ਦਾ ਮੌਕਾ ਨਹੀਂ ਮਿਲਿਆ ਮਿਲਾਂਗੇ ਵੀਰ ਨੂੰ ਕਦੇ ਪਰ ਨਾ ਬਹੁਤ ਵੱਡਾ ਉਹਨਾਂ ਦਾ ਬਹੁਤ ਜੀ ਬਹੁਤ ਬੰਦੇ ਨੇ ਲਓ ਜੀ ਇਹਨਾਂ ਦੇ ਥੋੜ੍ਹੀ ਜਿਹੀ ਉੱਤੇ ਖੱਟਾਪਨ ਵੀ ਝਲਕਦਾ ਜੀ ਇੱਧਰਲੀ ਅੱਖ ਟੀਰ 'ਚ ਆਉਂਦੇ ਆ ਜੀ ਇੱਧਰਲੀ ਅੱਖ ਤਾਂ ਕਾਫੀ ਟੀਰ 'ਚ ਹੈ ਇੱਧਰਲੀ ਸ਼ਾਇਦ ਹੋਰ 6 ਮਹੀਨਿਆਂ ਤੱਕ ਟੀਰ ਉਹਨਾਂ ਕਰ ਜੂ ਇਹਨਾਂ ਦਾ ਸਭ ਤੋਂ ਵੱਡੀ ਜੀ ਹੱਥ ਕੀਤਿਆਂ ਘੂੰ ਘੂੰ ਕਰਦੇ ਜਿਹੜੇ ਮਤਲਬ ਮੇਨ ਘੂੰ ਘੂੰ ਵਾਲੇ ਜਦੋਂ ਤੁਸੀਂ ਫੜਦੇ ਹੋ ਲੱਗ ਜਾਏ ਘੂੰ ਘੂੰ ਕਰੀ ਜੀ 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 ਇਹਨਾਂ ਦੇ ਅਰਜੀ 8 ਕੁ ਬੱਚੇ ਕਿਰਾਏ ਤਿਆਰ ਬਾਹਰ ਅਰਜੀ ਛੱਡਦੇ ਜੀ 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 ਮੈਂਬਰੀ ਕਮੇਟੀ ਆ ਪਹਿਲਾਂ ਉਹਦੇ ਕਬੂਤਰ ਖਾ ਦੋ ਆਪਣਾ ਕਾਪੀ ਰਾ ਵੀ ਮੇਰਾ ਕਬੂਤਰ ਚੈੱਕ ਕਰੋ ਹੈਗਾ ਠੀਕ ਆ ਦੂਜੀ ਗਾੜੀ ਆ ਜਿਹੜਾ ਹੁਣ ਤੁਹਾਡਾ ਪਿੰਡ ਆ ਪੂਰਾ ਜਦੋਂ ਵੀ ਆਪਣੀ ਵੀਡੀਓ ਚੈਨਲ 'ਤੇ ਚੜ੍ਹਨਗੀ ਪਰ ਚੜ੍ਹੂਗੀ ਤੁਹਾਡੀ ਇਹ ਜਿਹੜੀ ਵੀਡੀਓ ਅੱਜ ਦੀ ਤੁਹਾਨੂੰ ਡੇਟਾਂ ਮਿਲਣਗੀਆਂ ਨੇ ਮਈ ਦੇ ਵਿੱਚ ਕਿਉਂਕਿ 12 ਕਾਫੀ ਵੀਰ ਜਿਹੜੇ ਸ਼ੌਕ ਰੱਖਦੇ ਆ ਜੀ ਇਸ ਮਾਝੇ ਦੇ ਵਿੱਚ ਉੱਧਰ ਖੜੇ ਆ ਕੁਛ ਇੱਧਰ ਵੀਰ ਖੜੇ ਆ ਜੀ ਨਾਲ ਆਪਣੇ ਦੱਸਦੇ ਜੀ ਕਿ ਬਾਈ ਜੀ ਰਣਵੀਰ ਸਿੰਘ ਬੱਲ ਜੋ ਕਿ ਆਪਣੇ ਬਹੁਤ ਅੱਛੇ ਫਰੈਂਡ ਹੈ ਉਹਨਾਂ ਦੇ ਭਤੀਜੇ ਕੀ ਨਾਂ ਹੈ ਜੀ ਆਪਣਾ ਇਹਨਾਂ ਦਾ ਨਾਂ ਜੀ ਹੁਸਨ ਅਤੇ ਤੁਸੀਂ ਕੀ ਸ਼ੌਕ ਰੱਖਦੇ ਹੋ ਜੀ
ਜੀ ਕਬੂਤਰ ਬਾਜੀ ਦਾ ਸ਼ੌਂਕ ਹੈ ਕਿਉਂਕਿ ਮੈਂ ਹੁਣ ਘਰੇ ਗਿਆ ਸੀ ਵੀਰ ਦੇ ਅਤੇ ਉੱਥੇ ਵੀਰਾਂ ਕੋਲ ਵੀ ਕਾਫੀ ਕਬੂਤਰ ਰੱਖੇ ਹੋਏ ਆ ਅਤੇ ਤੁਹਾਨੂੰ ਕਿਹੜੇ ਕਬੂਤਰਾਂ ਦਾ ਸ਼ੌਂਕ ਹੈ ਜੀ ਮੈਨੂੰ ਤਾਂ ਛੱਤ ਵਾਲੇ ਕਬੂਤਰਾਂ ਦਾ ਸ਼ੌਂਕ ਹੈ ਛੱਤ ਵਾਲਿਆਂ ਦਾ ਸ਼ੌਂਕ ਹੈ ਮਤਲਬ ਹਾਲੇ ਤੁਹਾਡਾ ਜਿਹੜਾ ਇੱਧਰ ਛਤਰੀਆਂ ਛੁਤਰੀਆਂ ਨੂੰ ਵੇਖ ਕੇ ਮਨ ਨਹੀਂ ਬਣਿਆ ਹੌਲੀ 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 ਜੀ 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 ਚਲੋ ਹੌਲੀ ਹੌਲੀ ਬਣ ਜੂਗਾ ਛੱਤ ਵਾਲੇ ਕਬੂਤਰ ਵੀ ਚਲੋ ਸ਼ੌਂਕ ਤਾਂ ਇੱਕੋ ਹੀ ਹੈ ਨਾਲ ਹੋਰ ਵੀ ਆਏ ਆਪਣੇ ਵੀਰ ਕੀ ਨਾਂ ਜੀ ਆਪਣਾ ਹਰਮਨਦੀਪ ਤੁਸੀਂ ਕੀ ਲੱਗਦੇ ਹੋ ਇਹਨਾਂ ਦੇ ਮਾਮਾ ਜੀ ਦਾ ਬੇਟਾ ਕਿਹੜਾ ਪਿੰਡ ਸੀ ਆਪਣਾ ਡੇਰੀਵਾਲ ਜੀ ਥੈਂਕ ਯੂ ਅੱਗੇ ਵੀਰ ਹੋਰ ਹੈ ਕੀ ਨਾਂ ਜੀ ਆਪਣਾ ਹਰਸਿਮਰਨ ਸਿੰਘ ਜੀ ਮੇਰਾ ਪਿੰਡ ਬਦਾਦਪੁਰ ਆ ਜੀ ਜੀ ਫਰੈਂਡ ਆ ਮੇਰੇ ਜੀ ਫਰੈਂਡ ਆ ਤੁਹਾਡਾ ਤੁਹਾਨੂੰ ਵੀ ਸ਼ੌਂਕ ਆ ਕਬੂਤਰਾਂ ਦਾ ਹਾਂਜੀ ਹਾਂਜੀ ਭਾਜੀ ਤੁਹਾਨੂੰ ਵੀ ਆ ਹਾਂਜੀ ਹੈਗਾ ਇਕੱਠੇ ਹੀ ਰੱਖੇ ਆ ਜੀ 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 ਆਪਣੇ ਘਰ ਵੀ ਰੱਖੇ ਆ ਮੈਂ ਬਹੁਤ ਉੱਦਾਂ ਇਕੱਠੇ ਹੀ ਵੀ ਬਾਜੀ ਐਤਕੀ ਇਕੱਠੇ ਡਾਵਾਂਗੇ ਜੀ 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 ਹਾਂਜੀ ਬਹੁਤ ਵਧੀਆ ਜੀ ਅਤੇ ਹੁਣ ਥੋੜ੍ਹੇ ਜਿਹੇ ਹੋਰ ਕਬੂਤਰ ਦੇਖੋ ਜੀ ਇੱਧਰ ਹੋਰ ਕਾਫੀ ਵੀਰ ਦੇ ਫਰੈਂਡ ਅਤੇ ਮਤਲਬ ਇਹਨਾਂ ਦੇ ਉਸਤਾਦ ਚੇਲੇ ਕਾਫੀ ਆਏ ਹੋਏ ਆ ਜੀ ਆਹ ਇੱਕ ਹੋਰ ਦਿਖਾਉਂਦੇ ਹਾਂ ਜੀ ਤੁਹਾਨੂੰ ਪਿੰਜਰੇ ਦੇ ਵਿੱਚ ਧੁੱਪ ਲਵਾਉਂਦੇ ਹਾਂ ਜੀ ਇਹਨਾਂ ਨੂੰ ਜੀ ਥੋੜ੍ਹਾ ਜਿਹਾ ਆ ਕੇ ਦੱਸੋ ਜੀ ਤੁਹਾਡੇ ਕਰਦੇ ਆਪਾਂ ਗੁਰੂ ਨਾਲ ਗੱਲ ਥੋੜ੍ਹੀ ਜੀ ਕੀ ਸਿੱਖਿਆ ਦਿੱਤੀ ਹੈ ਜੀ ਤੁਸੀਂ ਵੀਰ ਜੀ ਹੋਰਿਆਂ ਨੂੰ ਸਿੱਖਿਆ ਜੀ ਇਹਨਾਂ ਨੂੰ ਇਹੋ ਦਿੱਤੀ ਹੈ ਕਬੂਤਰ ਨੂੰ ਸਾਂਭੋ ਜੀ ਅਤੇ ਸਾਂਭ ਕੇ ਚੰਗੀ ਤਰ੍ਹਾਂ ਕਬੂਤਰ ਨੂੰ ਬਸ ਜੀ ਆਪਾਂ ਚੰਗਾ ਸਾਂਭਾਂਗੇ ਜੀ ਅਤੇ ਕਬੂਤਰ ਕੋ ਕੁਝ ਖਟਾਂਗੇ ਜੇ ਨਹੀਂ ਸਾਂਭਾਂਗੇ ਤਾਂ ਕੁਝ ਬਹੁਤ ਵਧੀਆ ਗੱਲ ਹੈ ਜੀ ਕਿ ਤੁਹਾਡੇ ਜਿਹੜੇ ਲੜ ਲੱਗੇ ਹੈ ਪਹਿਲੀ ਬਾਜੀ ਇਹਨਾਂ ਨੇ ਜੋ ਜਿੱਤੀ ਹੈ ਬਹੁਤ ਵਧੀਆ ਜੀ ਇੱਕ ਆ ਮੌਜੀ ਬੈਠੀ ਹੈ ਜੀ ਸ਼ਾਹ ਅੱਖੀ ਵਿੱਚ ਹਾਂਜੀ ਹਾਂਜੀ ਇਹ ਕਿਹੜਿਆਂ 'ਚੋਂ ਹੈ ਇਹ ਜੀ ਕਾਕੇ ਵਾਲਿਆਂ ਕਾਕੇ ਵਾਲਿਆਂ ਦਾ ਜੋੜਾ ਥੱਲੇ ਆਇਆ ਜੀ ਆਪਾਂ ਕੋ ਜੀ ਵਿੱਚੋਂ ਸ਼ਾਹ ਅੱਖੇ ਵੀ ਕੱਢਦੇ ਚਿੱਟੀ ਅੱਖ ਵੀ ਇੱਧਰ ਹੈ ਜੀ ਭਾ ਕੇ ਦਿਖਾਉਂਦੇ ਆ ਜੀ ਤੁਹਾਨੂੰ ਆ ਇੱਕ ਬਲੜੀ ਵੀ ਹੈ ਜੀ ਇਹ ਆ ਗਈ ਜੀ ਕਾਕੇ ਵਾਲਿਆਂ 'ਚੋਂ ਜਿਹੜੀ ਸ਼ਾਹ ਅੱਖੀ ਹੈ ਥੋੜ੍ਹਾ ਜਿਹਾ ਦੂਰੋਂ ਦਿਖਾਓ ਜੀ ਇਹ ਹੋਰ ਕਿਹੜੇ ਕਿਹੜੇ ਕਬੂਤਰ ਹੈ ਇਸ ਜਾਲ ਦੇ ਵਿੱਚ ਆ ਵੇਖੋ ਇਹ ਵੀ ਇਹਨਾਂ ਦੀ ਆ ਲਓ ਦਿਖਾਓ ਬਾਹਰ ਕੱਢੀ ਆ ਦਿਖਾਓ ਕਾਕੇ ਵਾਲਿਆਂ 'ਚੋਂ ਲਓ ਜੀ ਇੱਕ ਕਾਕੇ ਵਾਲਿਆਂ 'ਚੋਂ ਹੈ ਜੀ ਜਿਹਨੂੰ ਆਪਾਂ ਗਿੱਟਿਆਂ ਤੱਕ ਮੌਜ ਕਹਿ ਦਿੰਦੇ ਹਾਂ ਗਿੱਟਿਆਂ ਤੱਕ ਮੌਜ ਹੈ ਜੀ ਇਹਦੇ ਅਤੇ ਸ਼ਾਹ ਅੱਖੀ ਹੈ ਬਰੜੀ ਹੈ ਜੀ ਇੱਧਰਲੀ ਅੱਖ ਇਹਦੀ ਚਿੱਟੀ ਹੈ ਅਤੇ ਇੱਧਰਲੀ ਕਾਲੀ ਹੈ ਇਹ ਹੈ ਜੀ ਬਰੜੀ ਆ ਵੀ ਇਹਨਾਂ 'ਚੋਂ ਜੀ ਲਓ ਜੀ ਅਗਲੀ ਵੀ ਇਹਨਾਂ 'ਚੋਂ ਆ ਗਈ ਹੈ ਜੀ ਕਬੂਤਰੀ ਇਹਦੇ ਫਿੱਕੇ ਦੇ ਵਿੱਚ ਜਿਹੜੇ ਹੈਗੇ ਹੈ ਛਿੰਬ ਹੈ ਇਹ ਚਿੱਟੀਆਂ ਅੱਖਾਂ ਦੀ ਹੈ ਜੀ ਕਬੂਤਰੀ ਜੀ ਆ ਜੰਟੇ ਵਾਲਿਆਂ ਅਤੇ ਪੁੰਨੂ ਵਾਲਿਆਂ ਦੇ ਮਿਸ ਜੀ ਇਹ ਜੰਟੇ ਵਾਲੇ ਅਤੇ ਪੁੰਨੂ ਵਾਲੇ ਹਾਂਜੀ ਇੱਕ ਮਿੰਟ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਦਿਖਾਈਏ ਲਓ ਜੀ ਜੰਟੇ ਵਾਲੇ ਅਤੇ ਪੁੰਨੂ ਵਾਲੇ ਇਹ ਜਿਹੜੀ ਮੂਹਰੇ ਚੁੰਝ ਲੰਬੀ ਕੱਢੀ ਹੈ ਆਹ ਦੇਖੋ ਇਹਨਾਂ ਦੀ ਪਹਿਚਾਣ ਚੁੰਝ ਲੰਬੀ ਕੱਢੀ ਆ ਸਾਰੇ ਕੱਢਦੇ ਹਾਂਜੀ ਹਾਂਜੀ ਇਹ ਜਿੰਨੇ ਬੱਚੇ ਇਸ ਜੋੜੇ ਜਿੰਨੇ ਬੱਚੇ ਆ ਸਰ ਜੰਟੇ ਅਤੇ ਪੁੰਨੂ ਵਾਲਿਆਂ ਦੇ ਚੁੰਝ ਲੰਬੀ ਆ ਉਹਨਾਂ ਦੀ ਦੇਖੋ ਜੀ ਲਓ ਜੀ ਇੱਕ ਚੀਜ਼ ਮੈਂ ਨੋਟ ਕੀਤੀ ਸੀ ਬਾਈ ਜੀ ਨੂੰ ਤਾਂਹੀਓ ਜ਼ਿਕਰ ਕੀਤਾ ਜਿਹੜੀ ਆ ਚੁੰਝ ਦੇਖੋ ਉੱਪਰਲੀ ਚੁੰਝ ਹੈ ਉਹ ਮੁੜ ਕੇ ਥੱਲੇ ਆਉਂਦੀ ਹੈ ਜੀ ਜੰਟੇ ਵਾਲਿਆਂ ਦਾ ਅਤੇ ਪੁੰਨੂ ਵਾਲਿਆਂ ਦਾ ਜੇ ਆਪਾਂ ਕ੍ਰਾਸ ਬਣਾਈਏ ਤਾਂ ਇਹਦੇ ਨਾਲ ਜੀ ਹਾਂਜੀ ਆਹ ਦੇਖੋ ਆਹ ਵੀ ਜੰਟੇ ਵਾਲੇ ਅਤੇ ਇੱਕ ਹੋਰ ਕਬੂਤਰੀ ਲਿਆਏ ਫੜ ਕੇ ਇਸੇ ਜੋੜੇ ਦੇ ਬੱਚੇ ਕਿਉਂਕਿ ਇਹ ਗੱਲਾਂ ਕਾਫੀ ਵੀਰਾਂ ਨੂੰ ਕੰਮ ਦੇਣਗੀਆਂ ਅੱਗੇ ਜਾ ਕੇ ਆਹ ਦੇਖੋ ਇਹਨਾਂ ਦੀ ਜਿਹੜੀ ਚੁੰਝ ਆ ਉੱਪਰਲੀ ਉਹ ਲੰਬੀ ਹੈ ਜੀ ਥੱਲੇ ਨੂੰ ਮੁੜੀ ਹੋਈ ਹੈ ਜਿੰਨੇ ਵੀ ਜੰਟੇ ਵਾਲੇ ਅਤੇ ਪੁੰਨੂ ਵਾਲੇ ਆ ਜੀ ਆਹ ਪੁੰਨੂ ਵਾਲਿਆਂ 'ਚੋਂ ਜੀ ਇੱਕ ਆ ਪੁੰਨੂ ਦੇ ਮਸ਼ਹੂਰ ਹੋਏ ਸੀਗੇ ਜੀ ਰੋਜੇ ਗੂੜੇ ਰੋਜੇ ਵੀ ਇਹ ਕੱਢ ਦਿੰਦੇ ਆ ਜੀ ਪੂਰੇ 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 ਕਾਲੇ ਤੇ ਇਹ ਫਿੱਕੇ ਵੀ ਕੱਢਦੇ ਆ ਜੀ ਹਾਂ ਜਿਹੜਾ ਗੂੜਾ ਰੋਜਾ ਜਦੋਂ ਉੱਡੂ ਆ ਉਦੋਂ ਬੜਾ ਹੀ ਖੂਬਸੂਰਤ ਦਿਸਦਾ ਹੀ ਹੇਠੋਂ ਉਹਦੇ ਰੰਗ ਲਾਉਣ ਦੀ ਤੁਹਾਨੂੰ ਲੋੜ ਨਹੀਂ ਪੂਰਾ ਉਹ ਤੁਹਾਨੂੰ ਕਬੂਤਰ ਅਲੱਗ ਹੀ ਦਿਸੂਗਾ ਇੱਕ ਆ ਹੋਰ ਹੱਥ 'ਚ ਫੜਿਆ ਹੋਇਆ ਜੀ ਬਾਦਲ ਵਾਲਿਆਂ ਦੀ ਅਤੇ ਗੜੀ ਕਿੱਕਰ ਮਾਸਟਰ ਦੀ ਇਹ ਕਿੱਕਰ ਮਾਸਟਰ ਅਤੇ ਬਾਦਲ ਵਾਲਿਆਂ 'ਚੋਂ ਜੀ ਦੇਖੋ ਥੋੜ੍ਹਾ ਜਿਹਾ ਹੁਣ ਥੋੜ੍ਹੀ ਜਿਹੀ ਝਲਕ ਸਾਰੇ ਵੀਰਾਂ 'ਤੇ ਵੀ ਦਿਖਾਓ ਜੀ ਕਿਉਂਕਿ ਕਾਫੀ ਦੂਰੋਂ ਵੀਰ ਚੱਲ ਕੇ ਆਏ ਹੈ ਕਿਉਂਕਿ ਜੇ ਸਾਰੇ ਵਿੱਚ ਹੋਣਗੇ ਤਾਂ ਆਪਾਂ ਇਹਨਾਂ ਨੂੰ ਰਿਕੁਐਸਟ ਕਰਨੀ ਹੈ ਜੀ ਜਿਹੜਾ ਆਪਣਾ ਇੱਕ ਤਾਂ ਚੈਨਲ ਹੈ ਜੀ ਯੂਟਿਊਬ 'ਤੇ ਹੇਅਰ ਰਿਕਾਰਡ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਮੇਰੇ ਵੀਰ ਇੱਥੇ ਖਿਡਾਰੀ ਵੀਰ ਆਏ ਹੈ ਤੁਸੀਂ ਜਦੋਂ ਆਪਣੀ ਵੀਡੀਓ ਚੱਲੂਗੀ ਕੋਈ ਵੀ ਵੀਡੀਓ ਚੱਲਦੀ ਹੈ ਉਹਦੇ ਥੱਲੇ ਲਿਖਿਆ ਹੁੰਦਾ ਜੀ ਸਬਸਕ੍ਰਾਈਬ ਉਹਨੂੰ ਤੁਸੀਂ ਕਲਿੱਕ ਕਰ ਦੇਣਾ ਅਤੇ ਅੱਗੇ ਵੀ ਹੋਰ ਦੋਸਤਾਂ ਮਿੱਤਰਾਂ ਨੂੰ ਜਿਹੜੇ ਆਪਣੇ ਚੈਨਲ ਬਾਰੇ ਜਾਣਕਾਰੀ ਦੇਣੀ ਹੈ ਜਿੰਨੇ ਵੀ ਤੁਹਾਡੇ ਗਾਂ ਹਰ ਇੱਕ ਬੰਦੇ ਨਾਲ ਇੱਕ ਬੰਦਾ ਜ਼ਰੂਰ ਜੁੜਿਆ ਹੁੰਦਾ ਅਤੇ ਅੱਜ ਆਪਣੇ ਕੋਲ ਘੱਟੋ ਘੱਟ ਵੀ 25 ਤੋਂ 30 ਬੰਦੇ ਹੈ
ਤੇ ਸਮਝ ਲਓ 30 ਇਹ ਹੋ ਗਏ 30 ਤੁਹਾਡੇ ਫਰੈਂਡ ਹੋ ਗਏ ਤੇ ਅੱਜ 100 ਬੰਦਾ ਨਵਾਂ ਆਪਣੇ ਨਾਲ ਹੋਰ ਜੁੜੂਗਾ ਸੋ ਇੰਨੀ ਗੱਲ ਹੀ ਕਹਿੰਦੇ ਜੀ ਦਿਓ ਇਜਾਜ਼ਤ ਕਾਕਾ ਕਨੇਡਾ ਚੱਕੜਾ ਗਰੁੱਪ ਨਵੇਂ ਕਿਸੇ ਖਿਡਾਰੀ ਦੇ ਕਬੂਤਰਾਂ ਨੂੰ ਵਿਖਾਉਣ ਲਈ ਫਿਰ ਹਾਜ਼ਰ ਹੋਊਗਾ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੁਬਾਰਾ ਫਿਰ ਮਿਲਾਂਗੇ ਜੀ ਕਿਸੇ ਨਵੇਂ ਖਿਡਾਰੀ ਦੇ ਘਰ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਥੈਂਕ ਯੂ ਫਰੈਂਡ ਆਏ ਹੋ ਗਏ ਇੱਕ ਪਿੰਡ ਤੋਂ ਉਸ ਹਾਸੇ ਦੀ ਗੱਲ ਵੀ ਵਿੱਚ ਆਪਾਂ ਜ਼ਰੂਰ ਕਰਦੇ ਹੁੰਦੇ ਹਾਂ ਬਾਈ ਜੀ ਉਸ ਹਾਸੇ ਦੀ ਗੱਲ ਦੱਸਣ ਲੱਗੇ ਇਹਨਾਂ ਦੇ ਬਾਰੇ ਹਾਂਜੀ ਇਹ ਬਾਈ ਜੀ ਵੀ ਆਏ ਜੀ ਮੇਰੇ ਕੋਲ ਇੰਦਰ ਵਿਰਕ ਸਾਹਿਬ ਜੀ ਮੈਂ ਕਬੂਤਰਾਂ ਦੇ ਬੱਚੇ ਵੇਖਣ ਡਿਆ ਜੀ ਕੋਈ ਚੋਗਾ ਦਿੱਤਾ ਵੀ ਨਹੀਂ ਦਿੱਤਾ ਜੀ ਇਹ ਮੈਨੂੰ ਵੇਖ ਕੇ ਹੱਸਣ ਲੱਗ ਪਏ ਆਉਂਦੇ ਵੀ ਬਾਈ ਇੰਨੀ ਯਾਰ ਤੇ ਜਿਹੜੀ ਸੱਤਾਂ ਕੁੜੀਆਂ ਤੋਂ ਮੁੰਡਾ ਜਨਾਨੀ ਮੁੰਡਾ ਨਹੀਂ ਜੋ ਕੇ ਵੇਖਦੀ ਵੀ ਬੱਚੇ ਨੂੰ ਭੁੱਖਾ ਕਿ ਰੱਜਿਆ ਜੇ ਯਾਰ ਆਪਾਂ ਵੇਖ ਲੈਂਦੇ ਵੀ ਬੱਚੇ ਨੂੰ ਚੋਗਾ ਦਿੱਤਾ ਕਿ ਨਹੀਂ ਦਿੱਤਾ ਜੇ ਤਾਂ ਮੈਂ ਕਿਹਾ ਵੀ ਦਿਮਾਗ ਦੇ ਨੁਕਸ ਪੈਣ ਵਾਲੀ ਗੱਲ ਪ੍ਰੇਮ ਲਾ ਲਓ ਚਾਹੇ ਮਤਲਬ ਨਿੱਜੀ ਪ੍ਰੇਮ ਦਿਲੋਂ ਜਿਹਨੂੰ ਆਪਾਂ ਕਰੀਏ ਕੋਈ ਕਬੂਤਰਾਂ ਨਾਲ ਆਪਣਾ ਪ੍ਰੇਮ ਹੈ ਫਿਰ ਸਾਹਿਬ ਦਾ ਬਹੁਤ ਹੈ ਤੁਹਾਡਾ ਵੀ ਹੈ ਇਹ ਰਾਤ ਸੁਖਨੇ ਵੀ ਕਬੂਤਰਾਂ ਦੇ ਆਉਂਦੇ ਜੀ ਤੋਂ ਬਾਰ ਬਾਰ ਚਾਹੀਦਾ ਹੈ ਮਿੱਟੀ ਬੱਚਾ ਵੇਖੀ ਦਾ ਇਹ ਵੀ ਆਪਣਾ ਇੱਕ ਪਰਿਵਾਰ ਬੱਚੇ ਆਪਣੇ ਬੱਚੇ ਦੀ ਬੱਚੇ ਕਿਉਂਕਿ ਜਦੋਂ ਕੋਈ ਵੀ ਆਪਣਾ ਜਿਹੜਾ ਸ਼ੌਕ ਹੈ ਘਰ ਦੇ ਵਿੱਚ ਕਿੱਡੀ ਵੱਡੀ ਪ੍ਰੋਬਲਮ ਹੋਵੇ ਆਪਣਾ ਜਿਹੜਾ ਧਿਆਨ ਹੈ ਕਬੂਤਰਾਂ ਵੱਲ ਕਬੂਤਰਾਂ ਜ਼ਰੂਰ ਜਾਂਦਾ ਜ਼ਰੂਰ ਜੀ ਦੇਖੋ ਜਦੋਂ ਆਣ ਕੇ ਇਹਨਾਂ ਦੀ ਬਹਿ ਕੇ ਸਭ ਕੋਲ ਭੁੱਲ ਜਾਂਦਾ ਜਦੋਂ ਸੁੱਖ ਜ਼ਿੰਦਗੀ ਚ ਸਭ ਤੋਂ ਵੱਡਾ ਜੇ ਆਪਾਂ ਨੂੰ ਸਕੂਨ ਆ ਸੁੱਖ ਆ ਜਿਹਨਾਂ ਚ ਆਣ ਕੇ ਬਹਿ ਜਾਓ ਸਭ ਕੁਛ ਮਿਲ ਜਾਂਦਾ ਸੋ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਅੱਜ ਆਏ ਤੇ ਬਾਈ ਜੀ ਦਾ ਜਿਹੜਾ ਇਹ ਮਤਲਬ ਜ਼ਿਕਰ ਸੀਗਾ ਤੁਹਾਡੀ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਤੁਹਾਡਾ ਟਾਈਮ ਕੱਢਿਆ ਤੁਸੀਂ ਜੀ ਜੀ ਵੀਰਾ ਦੇਣਾ ਨਾ ਦੋਸਤਾਂ ਆਪਣੇ ਨਾਲ ਗੱਲਬਾਤ ਕੀਤੀ ਤੇ ਫਿਰ ਸਾਹਿਬ ਨਾਲ ਨਾਮ ਜੀ ਜੀ ਅੱਜ ਬਹੁਤ ਮਿਹਰਬਾਨੀ ਜੀ ਇਹ ਗੱਲ ਇਦਾਂ ਹੀ ਜੀ ਤੁਹਾਨੂੰ ਦੱਸਿਆ ਸਾਡਾ ਬੰਦਾ ਜੀ ਰਬੀ ਸਿੰਘ ਬੰਗ ਆਪਣੇ ਦਾ ਫਰੈਂਡ ਹੈ ਹੀ ਬਾਈ ਜੀ ਹੋਏ ਆਏ ਹੋਏ ਆ ਇਹਨਾਂ ਦੇ ਵੀ ਬਹੁਤ ਵਧੀਆ ਫਰੈਂਡ ਹੈ ਇਹ ਦੁਬਈ ਦੇ ਵਿੱਚ ਹੈ ਕੁਝ ਕਹਿਣਾ ਚਾਹੋ ਜੀ ਬਾਈ ਜੀ ਰਣਵੀਰ ਹਾਂ ਜੀ ਬਾਈ ਰਣਵੀਰ ਹੈ ਮੇਰੇ ਫਰੈਂਡ ਬਹੁਤ ਵਧੀਆ ਜੀ ਤੇ ਇਹ ਉਹਨਾਂ ਦੇ ਪਤੀ ਜੀ 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 ਸੜੇ ਆਏ ਜੀ ਨੇਚਰ ਬਹੁਤ ਵਧੀਆ ਉਹਨਾਂ ਦੇ ਮਿਲਣ ਸਾਰ ਨੂੰ ਵੀ ਉਹਨਾਂ ਦੇ ਵੀ ਬਸ ਵੀ ਨਹੀਂ ਜਾਈ ਜੀ ਜੀ ਉਹਨਾਂ ਦੀ ਗੱਲ ਤੇ ਸ਼ਾਇਦ ਬਹੁਤ ਹੀ ਬਾਈ ਜੀ ਰਣਵੀਰ ਬਲ ਦੇ ਸਦਕਾ ਹੀ ਅੱਜ ਆਪਾਂ ਇੰਨੇ ਵੀਰਾਂ ਮਿਲੇ ਹਾਂ ਜੀ ਉਹਨਾਂ ਨਾਲ ਕਾਫੀ ਪ੍ਰੇਮ ਹੈ ਅਤੇ ਬੜੇ ਵਧੀਆ ਅੱਜ ਜਿੰਨੇ ਕਿ ਖਿਡਾਰੀ ਵੀਰ ਪਹੁੰਚੇ ਹੈ ਉਹਨਾਂ ਦਾ ਕਾਕਾ ਕਨੇਡਾ ਚੱਕੜਾ ਦੀ ਟੀਮ ਨੇ ਜਿਹੜੀ ਪਹਿਲਾਂ ਤਾਂ ਤਹਿ ਦਿਲੋਂ ਕਰਦੇ ਹਾਂ ਜੀ ਧੰਨਵਾਦ ਅਤੇ ਤੁਹਾਡਾ ਸਾਰਿਆਂ ਨੂੰ ਅਸੀਂ ਜੀ ਆਇਆਂ ਆਖਦੇ ਹਾਂ ਬਾਈ ਜੀ ਜਿੰਨੇ ਵੀ ਇੱਥੇ ਤੁਸੀਂ ਘਰ ਪਹੁੰਚੋ ਸਾਨੂੰ ਮਿਲਣ ਦਾ ਮੌਕਾ ਮਿਲਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਸਾਨੂੰ ਨਹੀਂ ਭਾਈ ਤਾਂ ਜੋ ਮੈਂ ਕੰਮ ਕਰਦੇ ਹਾਂ ਤੁਸੀਂ ਆਏ ਕਿੰਨੀ ਟਾਈਮ ਕੱਢਿਆ ਆਪਾਂ ਥੈਂਕ ਯੂ ਕਰਦੇ ਹਾਂ ਨਾਲੇ ਬਾਈ ਜੀ ਰਣਵੀਰ ਬਲ ਦਾ ਸੀ ਕਿ ਜਿਨ੍ਹਾਂ ਨੇ ਸਾਨੂੰ ਅੱਜ ਮਾਝੇ 'ਚ ਆਉਣ ਦਾ ਮੌਕਾ ਦਿੱਤਾ ਜੀ ਥੈਂਕ ਯੂ ਬਾਈ ਜੀ ਰਣਵੀਰ ਬਲ ਜੀ